ਜਿਵੇਂ ਮੈਂ ਖੁਦ ਆਪ ਮੇਰੇ ਚਾਰ ਲੜਕੇ ਹੀ ਚਾਰ ਲੜਕੀਆਂ ਇੱਕ ਲੜਕਾ ਮਰ ਗਿਆ ਅੱਠ ਬੱਚੇ ਮੇਰੇ ਤੇ ਇੱਕ ਗੁਜ਼ਰਗੀ ਹੈ ਬੱਚਾ ਸੱਤ ਬੱਚੇ ਦੋ ਨੋ ਜੀ ਹੈ ਜੀ ਘਰ ਨੂੰ ਇੱਕੋ ਗੱਲ ਆਖੀ ਸੀ ਵੀ ਇੱਕ ਚਮਚਾ ਸਵੇਰੇ ਛੋਟਾ ਚਮਚਾ ਆਟੇ ਜੀ ਪਾ ਲੈਣਾ ਗੁੰਨ ਕੇ ਰੋਟੀਆਂ ਬੱਚਿਆਂ ਨੂੰ ਖਵਾ ਦੇਣੇ ਹੂੰ ਤੇ ਬਸ ਇੱਕ ਚਮਚਾ ਆਟੇ ਪਾ ਖਵਾ ਦੇ ਇੱਕ ਸਵੇਰੇ ਇੱਕ ਸ਼ਾਮ ਨੂੰ ਕੇ ਸਿਰਫ ਕਈ ਵਾਰ ਸਵੇਰੇ ਵੀ ਪਾ ਲੈਣਾ ਭਈ ਕਈ ਵਾਰ ਦੋ ਟਾਈਮ ਪਾ ਲੈਣਾ ਮਤਲਬ ਇੱਕ ਖਾਣਾ ਰੁਟੀਨ ਚ ਰੋਟੀ ਹਾਂ ਤੇ ਜੇ ਕੋਈ ਲੋਡ ਬਸ ਅੱਜ ਤੱਕ ਮੇਰੇ ਉਹਨੇ ਬੱਚੇ ਉਹ ਕੋ ਡਾਕਟਰ ਆ ਚੰਡੀਗੜ੍ਹ ਉਹਨੇ ਪੀ ਐਚ ਡੀ ਕੀਤੀ ਜਾ ਉਹ ਜਿਹੜੇ ਵੱਡੇ ਡਾਕਟਰ ਬੱਚੇ ਬਣਦੇ ਪੰਜਾਬ ਦਾ ਵੱਡਾ ਸਾਇੰਸਦਾਨ ਉਹਨੂੰ ਲਾਣਿਆ ਹੋਇਆ ਹੋਰ ਕਹੀ ਸੋ ਬੜੀ ਗੁਰੂਈ ਕਿਰਪਾ ਦੇ ਉਹਦੇ ਘਰ ਵਾਲੀ ਵੀ ਬੜੀ ਡਾਕਟਰ ਆ ਤੇ ਉਹ ਉਹ ਚੰਡੀਗੜ੍ਹ ਨੇ ਤੇ ਇਹ ਬੱਚਾ ਮੇਰੇ ਇੱਕ ਨਾਲ ਕੰਮ ਕਰ ਰਿਹਾ ਭਾਗ ਇਹ ਮੈਂ ਸਾਰੀ ਜਿਹੜੀ ਥੂਰੀ ਕੱਢੀ ਅੱਜ ਤੱਕ ਮੇਰੇ ਬੱਚੇ ਜਿਹੜੇ ਨੇ 50 ਸਾਲ ਦੇ ਹੋ ਗਏ ਨੇ ਤੇ ਕਿਸੇ ਬੱਚੇ ਨੂੰ ਕੋਈ ਅੱਜ ਤੱਕ ਕੰਨ ਵਾਲ ਨਹੀਂ ਪਿਆ ਉਈ ਬੁਮਾਰੀ ਇਹੋ ਜੀ ਖਤਰੇ ਮੈਂ ਆਖਰੀ ਜੀਨਾਂ ਨੂੰ ਬਚਨ ਲੱਗਾ ਹੁਣ 10 ਦੀ ਉਮਰ 80 ਤੋਂ ਜੀ ਜੀ 80 ਸਾਲ ਤੋਂ ਮੈਂ ਵੱਧ ਗਿਆ ਅਜੇ ਮੈਂ 100 150 ਕਿਲੋਮੀਟਰ ਸਾਈਕਲ ਚਲਾਉਣਾ ਵਾ ਪੱਜਾ ਫਿਰਦਾ ਵਾ ਮੈਨੂੰ ਕੋਈ ਅਚੋਨੀ ਨਹੀਂ ਮਿਲਦੀ ਬਿਲਕੁਲ ਹਾਲੇ ਵੀ ਤੁਸੀਂ ਮੋਟਰਸਾਈਕਲ ਡਰਾਈਵ ਕਰਦਾ 100 150 ਕਿਲੋਮੀਟਰ ਇੱਕੋ ਮੈਂ ਇੱਕ ਬੁਰਕੀ ਯਾਰ ਅਜੇ ਇੱਕ ਬੁਢ ਅਮਰਤ ਜਾਂਦੇ ਇੱਕ ਬੁਰ ਉਹ ਜਿਹੜੀ ਦਵਾਈ ਆ ਉਹ ਤੁਸੀਂ ਹਫਤੇ ਪਿੱਛੋਂ ਇੱਕ ਅੱਧਾ ਚਮਚਾ ਲੈ ਲਿਆ ਕਰੋ ਖਾਣਾ ਖਾ ਕੇ ਹੂੰ ਤੇ ਪਥਰੀ ਤੁਹਾਡੇ ਅੰਦਰ ਬਣੇਗੀ ਮਤਲਬ ਜੇ ਪਥਰੀ ਤੇ ਜਿਵੇਂ ਬਾਬਾ ਅਸਿਰ ਦੇ ਮੋਕਿਆ ਅਸੀਂ ਉਹਨਾਂ ਨੂੰ ਲਾਉਣ ਵਾਸਤੇ ਦਵਾਈ ਦਿੰਨੇ ਆ ਉਹ ਮੋਕਾ ਵੀ ਗਾਇਬ ਹੋ ਗਿਆ ਹੂੰ ਹੂੰ ਮੋਕਾ ਸੀ ਤੇ ਕਿੰਨਾ ਵੱਡਾ ਮੋਕਾ ਹੋਵੇ ਉਹ 21 ਦਿਨ ਹੀ ਠੀਕ ਕਰ ਦਿੰਦਾ ਅੱਛਾ ਕਿਹ ਕਿਰ ਦਵਾਈ ਲਾਉਣੀ ਆ ਬਸ ਉਹ ਦਿਨ ਦੇ ਘੰਟੇ ਬੋੜੇ ਅਰ ਸੌਂਜੂ ਸਾਰਾ ਸੁੱਕ ਜੋ ਉਸੇ ਅਗਰ ਜੇ ਕੋਈ ਵੱਡਾ ਸਿਆਣਾ ਬੰਦਾ ਹੈ ਜਿਹਦੀ ਬਹੁਤ ਪੁਰਾਣੀ ਗੰਗ ਨਹੀਂ ਅਟਰੀ ਤਾਂ ਉਹ ਮੱਕੀ ਦੇ ਟੁੱਕੇ ਲੈ ਲਵੇ ਉਹਨਾਂ ਨੂੰ ਸਾੜ ਕੇ ਕੋਈ ਸਵਾ ਬਣਾ ਲੇ ਅੱਛਾ ਤੇ ਇਹ ਹੁਣ ਗੱਲ ਜਿਹੜੀ ਮੈਂ ਕਰ ਰਿਹਾ ਵਾਂ ਇਹ ਲੋਕਾਂ ਨੇ ਮੈਨੂੰ ਬਹੁਤ ਕੋ ਰੱਖਣਾ ਵੀ ਕਿਉਂ ਜੇ ਬਕਵਾਸ ਬਾਜੀ ਮਰੀ ਇਹਨੇ ਤੁਸੀਂ ਉਹਨੂੰ ਲੈ ਕੇ ਦੋ ਉਹਦੇ ਵਿੱਚ ਆਪਣਾ ਥੋੜਾ ਜਿਹਾ ਆਪਣਾ ਟ੍ਰਿਪਲਮੈਂਟ ਪਾਉਣੀ ਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਪਾਲ ਸਿੰਘ ਸਵਾਗਤ ਹੈ ਸਾਰਿਆਂ ਦਾ ਬ੍ਰੇਨਨ ਟੀਵੀ ਤੇ ਜਿਸ ਤਰ੍ਹਾਂ ਅਸੀਂ ਖਾਂਦੇ ਪੀਂਦੇ ਆ ਤਾਂ ਖਾਣ ਪੀਣ ਦੇ ਨਾਲ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਹਰ ਇੱਕ ਦੇ ਸਰੀਰ ਨੂੰ ਲੱਗ ਜਾਂਦੀਆਂ ਨੇ ਸ਼ਾਇਦ ਹੀ ਕੋਈ ਘਰ ਐਸਾ ਬਚਿਆ ਹੋਵੇ ਜਿੱਥੇ ਗੋਲੀਆਂ ਦਵਾਈਆਂ ਬੂਟੀਆਂ ਕੋਈ ਪਰਿਵਾਰ ਨਹੀਂ ਵਰਤਦਾ ਸੋ ਇੱਕ ਗੁਰਖ ਧੰਦਾ ਵੀ ਕਿਤੇ ਨਾ ਕਿਤੇ ਚੱਲ ਰਿਹਾ ਹੈ ਕਿ ਸਮਾਜ ਨੂੰ ਲੋਕਾਂ ਨੂੰ ਦਵਾਈਆਂ ਖਾਣ ਦੀ ਆਦਤ ਪਾ ਦਿੱਤੀ ਜਾ ਰਹੀ ਹੈ। ਹੁਣ ਬੜੀ ਹੈਰਾਨੀ ਦੀ ਗੱਲ ਆ ਕਿ ਤੁਸੀਂ ਕੋਈ ਬੰਦਾ ਆਯੁਰਵੇਦ ਦੇ ਨਾਲ ਜਾਂ ਘਰੇਲੂ ਨੁਸਖਿਆਂ ਦੇ ਨਾਲ ਜਦੋਂ ਤੰਦਰੁਸਤ ਹੋ ਜਾਂਦਾ ਠੀਕ ਹੋ ਜਾਂਦਾ ਆ ਤਾਂ ਉਹਨੂੰ ਇੰਸ਼ੋਰੈਂਸ ਦਾ ਕਲੇਮ ਨਹੀਂ ਕਰ ਸਕਦਾ। ਲੇਕਿਨ ਇੰਸ਼ੋਰੈਂਸ ਦਾ ਕਲੇਮ ਉਦੋਂ ਹੀ ਕੀਤਾ ਜਾ ਸਕਦਾ ਜਦੋਂ ਕੋਈ ਇਨਸਾਨ ਅੰਗਰੇਜ਼ੀ ਦਵਾਈਆਂ ਦੇ ਨਾਲ ਠੀਕ ਹੁੰਦਾ ਹੈ ਇਹਦਾ ਮਤਲਬ ਇਹ ਹੈ ਕਿ ਰਲ ਮਿਲ ਕੇ ਲੋਕਾਂ ਨੂੰ ਪਹਿਲਾਂ ਫੋਰਸ ਵੀ ਕੀਤਾ ਜਾਂਦਾ ਹੈ ਕਿ ਤੁਸੀਂ ਬੀਮਾ ਪਾ ਹੈਲਥ ਇੰਸ਼ੋਰੈਂਸ ਦੀਆਂ ਪਾਲਸੀਆਂ ਲਵ ਹੋਰ ਕਈ ਤਰੀਕੇ ਦੀਆਂ ਹਨ ਫਿਰ ਬਿਮਾਰ ਹੋਵੇ ਉਹਦੇ ਬਿਮਾਰੀ ਦੇ ਵਿੱਚ ਫਿਰ ਤੁਸੀਂ ਜਦੋਂ ਇਲਾਜ ਕਰਾਉਣਾ ਅੰਗਰੇਜ਼ੀ ਟ੍ਰੀਟਮੈਂਟ ਤਾਂ ਉਹਦੇ ਵਿੱਚ ਹੀ ਇੰਸ਼ੋਰੈਂਸ ਦੀ ਪਾਲਸੀ ਜਿਹੜੀ ਹੈ ਉਹ ਲਾਗੂ ਹੁੰਦੀ ਹੈ ਸੋ ਇਹ ਚੀਜ਼ਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਬੰਦਾ ਬਿਮਾਰ ਹੋਵੇ ਹੀ ਨਾ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਬੰਦਾ ਸਿੰਪਲ ਤਰੀਕੇ ਨਾਲ ਆਪਣੇ ਘਰਾਂ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦਾ ਆ ਸੋ ਉਹਦੇ ਵਾਸਤੇ ਗੱਲ ਕਰਾਂਗੇ ਤਕਰੀਬਨ ਸਾਡੇ ਨਾਲ ਗੱਲ ਕਰਨ ਲਈ ਹੈਗੇ ਨੇ ਵੈਦ ਹਰ ਭਜਨ ਸਿੰਘ ਸੁੱਗਾ ਜੀ ਇਹ ਤਕਰੀਬਨ ਤਕਰੀਬਨ 40 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਆਯੁਰਵੇਦ ਦੀ ਪ੍ਰੈਕਟਿਸ ਕਰਦਿਆਂ ਨੂੰ ਔਰ ਲੱਖਾਂ ਲੋਕ ਜਿਹੜੇ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਇਹਨਾਂ ਦੇ ਕੋਲੋਂ ਠੀਕ ਵੀ ਹੋਏ ਨੇ ਔਰ ਇਹਨਾਂ ਦੀ ਖਾਸੀਅਤ ਇਹ ਗੱਲ ਆ ਵੀ ਇਹ ਲਾਲਚ ਨਹੀਂ ਬਿਲਕੁਲ ਵੀ ਕਰਦੇ ਔਰ ਜੇ ਕਿਸੇ ਨੇ ਦਵਾਈ ਲੈਣੀ ਆ ਤਾਂ ਉਹਦੇ ਨਾਲ ਇਹਨਾਂ ਨੇ ਦਵਾਈ ਘੱਟ ਦੇਣੀ ਹੈ ਉਹਨੂੰ ਗੁਰਬਾਣੀ ਦੀਆਂ ਗੱਲਾਂ ਹਿਸਟਰੀ ਦੀਆਂ ਗੱਲਾਂ ਸਿੱਖ ਇਤਿਹਾਸ ਦੀਆਂ ਗੱਲਾਂ ਤਾਂ ਕਿ ਬੰਦਾ ਅੰਦਰੋਂ ਇੱਕ ਮੋਟੀਵੇਟ ਹੋਵੇ ਔਰ ਬੰਦੇ ਦੀ ਜੇ ਅੰਦਰੋਂ ਤੰਦਰੁਸਤ ਦਾ ਬੰਦਾ ਬਾਹਰੋਂ ਵੀ ਤੰਦਰੁਸਤ ਹੋ ਜਾਂਦਾ ਹੈ ਸੋ ਮੈਂ ਸਵਾਗਤ ਕਰੂੰਗਾ ਬਾਪੂ ਜੀ ਦਾ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਅਸਾਂ ਵਾਹਿਗੁਰੂ ਜੀ ਫਤਈ ਨਾਮ ਬ੍ਰਿਐਂਟੀ ਸਾਰੇ ਭਰਾਵਾਂ ਦਾ ਨਵਾਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਪੂ ਜੀ ਕਾ ਆਪਾਂ ਓਵਰਆਲ ਗੱਲ ਕਰਦਾਂਗੇ ਬਿਮਾਰੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਹਰ ਇੱਕ ਨੂੰ ਹੈਗੀਆਂ ਨੇ ਹਨਾ ਕਈਆਂ ਨੂੰ ਮੇਜਰ ਬਿਮਾਰੀਆਂ ਨੇ ਉਹ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਤਾਂ ਇੱਕ ਓਵਰਆਲ ਪਰਸੈਪਸ਼ਨ ਆਪਾਂ ਇੱਕ ਧਾਰਨਾ ਹੈ ਕਿ ਬੰਦੇ ਨੂੰ ਜਦੋਂ ਦਵਾਈ ਤੋਂ ਬਿਨਾ ਅੱਜਕੱਲ੍ਹ ਗੁਜ਼ਾਰਾ ਨਹੀਂ ਹੋ ਸਕਦਾ ਹਨਾ ਲੇਕਿਨ ਆਪਾਂ ਘਰਾਂ ਦੇ ਵਿੱਚ ਕੀ ਖਾਈਏ ਜਾਂ ਕਿਸ ਕਿਸਮ ਦੇ ਭਰੇਜ ਰੱਖੀਏ ਕਿ ਬੰਦਾ ਚਲੋ ਵੱਡੀਆਂ ਬਿਮਾਰੀਆਂ ਤੋਂ ਨਹੀਂ ਲੇਕਿਨ ਇੱਕ ਤੰਦਰੁਸਤ ਰਹਿ ਸਕੇ ਆਪਣੀ ਸਿਹਤ ਨੂੰ ਕਾਮਯਾਬ ਰੱਖੇ ਔਰ ਜਿਹੜੀ ਪੈਸੇ ਦੀ ਬਰਬਾਦੀ ਉਹ ਨਾ ਹੋਵੇ ਲੋਕਾਂ ਦੀ ਓਏ ਵੀਰ ਜੀ ਜਪਾਲ ਸਿੰਘ ਜੀ ਇਦਾਂ ਗੱਲ ਆ ਵੀ ਜੋ ਸਾਡੇ ਅੱਜ ਤੋਂ 60 ਸਾਲ ਪਿੱਛੇ ਮੈਂ ਜਾ ਕੇ ਗੱਲ ਕਰਦਾ ਕਿਉਂਕਿ ਮੈਂ 80 ਸਾਲ ਤੋਂ ਟੱਪ ਗਿਆ ਜੀ ਤੇ ਸਾਡੇ ਜਿਹੜਾ ਵੱਡੇ ਤਾਇਆ ਜੀ ਬਾਬਾ ਜੀ ਜੋ ਕਿ ਉਹ ਬੜੇ ਵੱਡੇ ਵਹਿਲ ਸਨ ਹਮ ਤੇ ਗਾ ਫਿਰ ਅਸੀਂ ਪੜਦਿਆਂ ਜਦੋਂ ਫਿਰ ਸਾਨੂੰ ਨਾਲੇ ਲੱਗ ਲੱਗੇ ਬੱਡੀ ਸਾਹ ਤੋਂ ਮੇਨ ਜਿਹੜੀ ਪੁਆਇੰਟ ਗੱਲ ਆ ਵੀ ਸਾਨੂੰ ਉਸ ਵਕਤ ਦੇ ਵਿੱਚ ਹਰ ਬੰਦਾ ਜਿਹੜਾ ਉਹ 6 ਮਹੀਨੇ ਇੱਕ ਤਰ੍ਹਾਂ ਆਪਣਾ ਪੇਟ ਸਾਫ਼ ਕਰਦਾ ਜਲਾਬ ਲੈਂਦਾ ਸੀ ਜੀ ਹੁਣ ਕੋਈ ਬੰਦਾ ਜਿਹਨੂੰ ਦੋ ਲੈਟਰ ਨਾਲ ਫੜਾਫੜੋ ਗੋਲੀਆਂ ਖਾ ਕੇ ਤੇ ਉਹਨਾਂ ਅੰਦਰ ਹੀ ਜਬਤ ਕਰ ਦਿੰਦਾ ਗੰਦਾ ਮਾਦਾ ਬਾਹਰ ਨਹੀਂ ਆਉਂਦਾ। ਮਤਲਬ ਜੇ ਲੂਜ਼ ਮੋਸ਼ਨ ਲੱਗਦੇ ਆ ਤਾਂ ਥੋੜਾ ਵੇਟ ਕਰਨਾ ਚਾਹੀਦਾ ਦਵਾਈ ਨਹੀਂ ਖਾਣੀ ਚਾਹੀਦੀ। ਦਵਾਈ ਨਹੀਂ ਖਾਣੀ ਚਾਹੀਦੀ। ਜੇ ਸਾਨੂੰ ਮੁੜਕਾ ਉਹ ਮਸਾਮਾ ਥਾਣੀ ਗੰਦਾ ਮਾਦਾ ਬਾਹਰ ਆਉਂਦਾ ਹੈ ਉਹ ਅਸੀਂ ਉਹ ਆਉਣ ਨਹੀਂ ਦਿੰਦੇ। ਹਮਮ ਮੁੜਕਾ ਵੀ ਨਹੀਂ ਆਉਂਦੇ। ਬਿਲਕੁਲ। ਜੇ ਠੰਡ ਸਿਆਲ ਆਉਂਦਾ ਹੈ ਅਸੀਂ ਹੀਟਰ ਪੁਖਾ ਪੁਖਾ ਕੇ ਸਾਡੇ ਸੀਨ ਨੂੰ ਠੰਡੇ ਵਿੱਚ ਲਗਣ ਦਿੰਦੇ। ਜੀ ਜੀ ਅਸੀਂ ਉਹ ਜਿਹੜੀ ਪ੍ਰਕਿਰਤੀ ਆ ਜੋ ਗੁਰੂ ਦੀ ਬਣਾਈ ਹੋਈ ਪ੍ਰਕਿਰਤੀ ਜੇ ਜੋ ਪਰਮੇਸ਼ਰ ਨੇ ਬਣਾਇਆ ਹਵਾ ਤਵਰਨਾ ਉਸ ਹਵਾ ਤਵਰਨ ਦੇ ਅਸੀਂ ਬਰਖਲਾਫ ਹੁਲਟ ਜਾਂਦੇ ਉਲਟ ਹੋ ਗਏ ਆ ਫਿਰ ਅਸੀਂ ਜੇ ਖਾਣਾ ਜਿਹੜਾ ਖਾਣੇ ਆ ਜਿਵੇਂ ਅਸੀਂ ਅੱਗੇ ਤੋੜੀ ਵਿੱਚ ਦਾਲ ਬਣਾਉਨੇ ਆ ਉਹ ਤੇ ਘੱਟ ਤੋਂ ਘੱਟ ਘੰਟਾ ਡੇਢ ਘੰਟਾ ਦਾਲ ਬਣਾਉਣ ਤੇ ਲੱਗਦਾ ਹੈ ਹੁਣ ਅਸੀਂ ਕੁੱਕਰ ਵਿੱਚ ਬਣਾਉਨੇ ਆ ਉਹ 15 ਮਿੰਟ ਉਹਨੂੰ ਪਾੜ ਕੇ ਹੋਰ ਰੱਖ ਦਿੰਦਾ ਉਹਦੇ ਜਿਹੜੇ ਤਾਤ ਸਾਰੇ ਖਤਮ ਕਰ ਦਿੰਦਾ ਅੱਛਾ ਦਾਲ ਪਾੜ ਕੇ ਰੱਖਦਾ ਮਤਲਬ ਦਾਲ ਬਣਦੀ ਉਹ ਪਾੜ ਜਾਂਦੀ ਉਹਨੂੰ ਪਾੜ ਜਾਂਦੀ ਤਾਂ ਉਹਨੂੰ ਮਜ਼ਾ ਹੀਟ ਨਾਲ ਤਾਂ ਉਹਦਾ ਟੇਸ ਜਿਹੜੇ ਉਹਦੇ ਅੰਦਰ ਬੈਕਟੀਰੀਆ ਵਗੈਰਾ ਜੋ ਸਾਨੂੰ ਖਰਾਕੀ ਤਾਤ ਨੇ ਉਹ ਨਸ਼ਟ ਹੋ ਜਾਂਦੇ ਆ ਉਹ ਐਂ ਲੱਗਦਾ ਵੀ ਦਾਲ ਪੱਕ ਗਈ ਪਰ ਪੱਕਦੀ ਨਹੀਂ ਅਸਲ ਜੀ ਪੱਕਦੀ ਨਹੀਂ ਅਸਲ ਉਹਦੇ ਜਿਹੜੇ ਅੰਦਰ ਜਵਾਨ ਨੂੰ ਜੇ 3.5 ਨੂੰ ਚਾਹੀਦੇ ਨੇ ਉਹ ਖਤਮ ਹੋ ਜਾਂਦੇ ਮਰ ਜਾਂਦੇ ਉਹ ਮਰ ਜਾਂਦੇ ਇਸ ਕਰਕੇ ਉਹ ਸਾਡੇ ਸਰੀਰ ਨੂੰ ਪੂਰਾ ਤਾਕਤ ਦੇ ਲਈ ਇਹ ਪੋਸ਼ਕ ਤੱਤ ਨਹੀਂ ਮਿਲਦੀ ਨਹੀਂ ਤੇ ਇਸ ਕਰਕੇ ਅਸੀਂ ਸਾਨੂੰ ਚਾਹੀਦਾ ਕਿ ਜਿਹੜਾ ਖੁਰਾਕ ਅੱਜ ਕੋਦਰਾ ਹਰੀ ਕੰਗਣੀ ਜੀ ਸਵਾਗ ਕਟਕੀ ਤੇ ਆਪਣੇ ਦੁੱਜੀ ਖਟੀ ਕੰਗਣੀ ਇਹ ਪੰਜ ਸਤ ਬਾਜਰਾ ਮੱਕਈ ਜਿਹੜੀ ਕਣਕ ਦੇ ਜਾ ਜੋੜਦੇ ਜੰਨੇ ਆ ਕਣਕ ਨਾਲ 슈ਗਰ ਤੇ ਹੋਰ ਕਈ ਗੱਲਾਂ ਹੁੰਦੀਆਂ ਨੇ ਪਰ ਪਿੱਛੇ ਜਦੋਂ ਮਾਂ ਦਾ ਸਵਾਲ ਕਰਦੇ ਪਿਛੇ ਕਿਉਂ ਨਹੀਂ ਹੁੰਦੀਆਂ ਉਦੋਂ ਕਣਕ ਜਿਹੜੀ ਉਹਨੂੰ ਖਾਦ ਨਹੀਂ ਪਾਈ ਜਾਂਦੀ ਜੀ ਇਹ ਨਹੀਂ ਸੁਪਰੇਵਾਂ ਨਹੀਂ ਸੀ ਹੁੰਦੀਆਂ ਉਦੋਂ ਰੋਟੀ ਤੁਸੀਂ ਪਕਾਏ ਕਣਕ ਦੀ ਸਵੇਰੇ ਰੱਖ ਦਿਓ ਭਾਵੇਂ ਦੋ ਦਿਨ ਪਈ ਰਹੇ ਤਿੰਨ ਦਿਨ ਪਈ ਰਹੇ ਉਹ ਕਣਕ ਦੀ ਰੋਟੀ ਜਿਹੜੀ ਆ ਉਹ ਇਹਨੇ ਆਕੜਦੀ ਨਹੀਂ ਉਹ ਆਕੜ ਜਾਂਦੀ ਹੈ ਜਿਵੇਂ ਹੁਣ ਆਕੜ ਜਾਂਦੀ ਹੈ ਫਿਰ ਉਹ ਬੁਰਕੀ ਤੋੜ ਕੇ ਉਹਦੇ ਉੱਤੇ ਸਬਜ਼ੀ ਚੜਾ ਕੇ ਮੂੰਹ ਚ ਪਾਓ ਭਾਵੇਂ ਐਂ ਬੁਰਕੀ ਤੇ ਸਬਜ਼ੀ ਚੜਾ ਕੇ ਤੇ ਉਹ ਐਂ ਖਲਾਰ ਛੱਡੋ ਉਹ ਬੁਰਕੀ ਪਾੜਦੀ ਨਹੀਂ ਹੁਣ ਤੁਸੀਂ ਜਦੋਂ ਉੱਟੀ ਦੇ ਬੁਰਕੀ ਤੋੜ ਕੇ ਹੁਣ ਰੋਟੀ ਖਾਓਗੇ ਉਹ ਕੋਪਾ ਬਣਾ ਕੇ ਸਬਜੀ ਪਾ ਕੇ ਮੂੰਹ ਦੇ ਪੌਣ ਦਾ ਤੱਕ ਪਹਿਲਾਂ ਟੁੱਟ ਕੇ ਥਲੇ ਜਾਵੰਦੀ ਆ ਉਹਦੀ ਲੇਖ ਖਤਮ ਹੋ ਗਈ ਉਹਦੇ ਵਿੱਚ ਜੋ ਜਿਹੜੇ ਤੱਤ ਸੀ ਉਹ ਖਤਮ ਹੋ ਗਏ ਬਿਲਕੁਲ ਬਿਲਕੁਲ ਫਿਰ ਸਾਡੇ ਵੇਲੇ ਕੀ ਹੁੰਦਾ ਸੀ ਕਿ ਦਾਣੇ ਪਣਾ ਕੇ ਚਬਣੇ ਉਹ ਵੀ ਗੱਲ ਗਈ ਛੋਲਿਆਂ ਦੇ ਮੱਕੀ ਦੇ ਛੋਲਿਆਂ ਦੇ ਮੱਕੀ ਦੇ ਲਾ ਕੇ ਚਬਣੇ ਉਹ ਗੱਲ ਖਤਮ ਹੋ ਗਈ ਵਿੱਚ ਗੁੜ ਪਾ ਲੈਣਾ ਹੋਣਾ ਚਬਣੀਆਂ ਉਹ ਸਾਰੀਆਂ ਚੀਜ਼ਾਂ ਗਈਆਂ ਫਿਰ ਸਾਡੇ ਵਕਤ ਦੇ ਵਿੱਚ ਮੈਂ ਖੁਦ ਆਪ ਦੀ ਗੱਲ ਕਰਦਾ ਸਾਡੀ ਮਾਂ ਨੇ ਜਦੋਂ ਰੋਟੀਆਂ ਬਾਜਣੀਆਂ ਪਈਆਂ ਰਹਿਣੀਆਂ ਸਾਮ ਘਰਾਂ ਵਿੱਚ ਉਹ ਸੁੱਕ ਜਾਣੀਆਂ ਉਹਨਾਂ ਨੂੰ ਤੋੜ ਕੇ ਰੋਟੀਆਂ ਨੂੰ ਉਹ ਆਖਣਾ ਜੀ ਟੁਕੜੇ ਆ ਤੇ ਗੁੜ ਪਾ ਕੇ ਉਹਨਾਂ ਰਹਿਣ ਘਤਣਾ ਤੋਂ ਸਾਰੇ ਲੋਕ ਖਾ ਲੈਂਦੇ ਇੱਕ ਵਾਪਸ ਜਿਵੇਂ ਆਪਾਂ ਗੱਲ ਕਰ ਰਹੇ ਸੀ ਬਿਹਾਈਂਡ ਦਾ ਕੈਮਰਾ ਜਰੋਂ ਵਿਚਾਰ ਚੱਲ ਰਹੀ ਸੀ ਵੀ ਆਟੇ ਦੇ ਵਿੱਚ ਮਿੱਠਾ ਸੋਡਾ ਪਾ ਕੇ ਗੁੰਨਣਾ ਚਾਹੀਦਾ ਖਾਣਾ ਚਾਹੀਦਾ ਇਹਦੇ ਬਾਰੇ ਥੋੜਾ ਦੱਸੋ ਸਾਡੇ ਦਰਸ਼ਕ ਇਹਦੇ ਵਿੱਚ ਇਹ ਆ ਵੀ ਜਿਹੜਾ ਮਿੱਠਾ ਸੋਡਾ ਹੈ ਜੀ ਜਿਹਨੂੰ ਅੰਗਰੇਜ਼ੀ ਵਿੱਚ ਸੋਡੀਅਮ ਬਾਈਕਾਰਬੋਨੇਟ ਕਹਿੰਦੇ ਆ ਜੀ ਅਸੀਂ ਉਹਨੂੰ ਮਿੱਠਾ ਸੋਡਾ ਨੇ ਵੈਦਿਕਾਲੇ ਠੀਕ ਹੈ ਜੀ ਉਹਦੇ ਵਿੱਚ ਸਰੀਰ ਦੇ ਅੰਦਰੋਂ ਗੰਦਾ ਮਾਦਾਂ ਜਿਹੜਾ ਬੈਕਟੀਰੀਆ ਗੰਦੇ ਬੜਕੇ ਹੈਗੇ ਨੇ ਘਟਾਣੂ ਉਹਨਾਂ ਨੂੰ ਕੱਢਣ ਵਾਸਤੇ ਬਹੁਤ ਵੱਡੀ ਪਾਵਰ ਉਹਦੇ ਕੋਲ ਠੀਕ ਹੈ ਜੀ ਤੇ ਜਿਹੜੇ ਸਾਡੇ ਅੰਦਰ ਤਜ਼ਾ ਬਣਦਾ ਉਹਨੂੰ ਮਾਰਨ ਵਾਸਤੇ ਉਹਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ ਜੀ ਉਹ ਤੁਸੀਂ ਲੋੜ ਮੁਤਾਬਕ ਲਓ ਅਗਰ ਜੇ ਕਿਸੇ ਜੇ ਕਿ ਇਹਦਾ ਪਰਿਵਾਰ ਵੱਡਾ ਪਰਿਵਾਰ ਵੱਡਾ ਹੈ ਜਿਵੇਂ ਮੈਂ ਖੁਦ ਆ ਮੇਰੇ ਚਾਰ ਲੜਕੇ ਹੀ ਚਾਰ ਲੜਕੀਆਂ ਇੱਕ ਲੜਕਾ ਮਰ ਗਿਆ ਅੱਠ ਬੱਚੇ ਮੇਰੇ ਤੇ ਇੱਕ ਗੁਜ਼ਰ ਗਿਆ ਬੱਚਾ ਸੱਤ ਬੱਚੇ ਦੋ ਨੌ ਜੀ ਹੈ ਘਰ ਨੂੰ ਇੱਕੋ ਗੱਲ ਆਖੀ ਸੀ ਵੀ ਇੱਕ ਚਮਚਾ ਸਵੇਰੇ ਛੋਟਾ ਚਮਚਾ ਆਟੇ ਚ ਪਾ ਲੈਣਾ ਗੁੰਨ ਕੇ ਰੋਟੀਆਂ ਬੱਚਨ ਨੂੰ ਖਵਾ ਦੇਣੀਆਂ ਤੇ ਬਸ ਇੱਕ ਚਮਚਾ ਆਟੇ ਪਾ ਕੇ ਖਵਾ ਦੇ ਇੱਕ ਸਵੇਰੇ ਇੱਕ ਸ਼ਾਮ ਨੂੰ ਤਾਂ ਸਿਰਫ ਕਈ ਵਾਰ ਸਵੇਰੇ ਵੀ ਪਾ ਲੈਣਾ ਪਈ ਕਈ ਵਾਰ ਦੋ ਟਾਈਮ ਪਾਣਾ ਨਹੀਂ ਮਤਲਬ ਇੱਕ ਟਾਈਮ ਰੁਟੀਨ ਚਲਦੀ ਹੈ ਤੇ ਜੇ ਕੋਈ ਲੋਡ ਬਸ ਅੱਜ ਤੱਕ ਮੇਰੇ ਉਹਨੇ ਬੱਚੇ ਉਹ ਇੱਕ ਡਾਕਟਰ ਆ ਚੰਡੀਗੜ੍ਹ ਉਹਨੇ ਪੀ ਐਚ ਡੀ ਕੀਤੀ ਜੋ ਉਹ ਜਿਹੜੇ ਵੱਡੇ ਨੂੰ ਡਾਕਟਰ ਬੱਚੇ ਬਣਦੇ ਉਹ ਪੰਜਾਬ ਦਾ ਵੱਡਾ ਸੈਂਸਤਾਨ ਉਹ ਉਹਨੂੰ ਲਾਣਿਆ ਹੋਇਆ ਹੋਰ ਕਈ ਥਾਂ ਉਹ ਬੜੀ ਗੁਰੂ ਦੀ ਕਿਰਪਾ ਤੇ ਉਹਦੇ ਘਰ ਵਾਲੇ ਵੀ ਵੱਡੇ ਡਾਕਟਰ ਆ ਤੇ ਉਹ ਚੰਡੀਗੜ੍ਹ ਨੇ ਤੇ ਇਹ ਬੱਚਾ ਮੇਰੇ ਇੱਕ ਨਾਲ ਕੰਮ ਕਰ ਰਿਹਾ ਪਾਪ ਇਹ ਮੈਂ ਸਾਰੀ ਜਿਹੜੀ ਥੂਰੀ ਕੱਢੀ ਅੱਜ ਤੱਕ ਮੇਰੇ ਬੱਚੇ ਜਿਹੜੇ ਨੇ 50-50 ਸਾਲ ਦੇ ਹੋ ਗਏ ਨੇ ਤੇ ਕਿਸੇ ਬੱਚੇ ਨੂੰ ਕੋਈ ਅੱਜ ਤੱਕ ਕੰਨਵਾਲ ਨਹੀਂ ਪਿਆ ਕੋਈ ਬਿਮਾਰੀ ਇਹੋ ਜੀ ਖਤਰਨਾਕ ਨਹੀਂ ਜਿਹੜਾ ਨੂੰ ਬਚਣ ਲੱਗਦਾ ਮਿੱਠੇ ਸੋਡੇ ਜਾ ਹੋਇਆ ਕੀ ਜਾਦੂ ਆ ਉਹਦੇ ਵਿੱਚ ਮੈਂ ਅੰਗਰੇਜ਼ੀ ਤੋਂ ਦੱਸਣ ਸਦਾ ਕੋਈ ਨਹੀਂ ਪੰਜਾਬੀ ਜਿਆਦਾ ਉਹਦੇ ਵਿੱਚ ਇਹੋ ਜੇ ਤੱਤ ਨੇ ਕਿ ਜਿਹੜੇ ਸਾਡੇ ਸਰੀਰ ਦੇ ਵਿੱਚ ਗੰਦੇ ਮਾਦਿਆਂ ਜਹਾਨੂੰ ਲੈਟਰਨ ਖੁੱਲ ਕੇ ਲਾਉਗੀ ਗੈਸ ਨਹੀਂ ਬਣ ਦਿੰਦਾ ਤੇਜਾਬ ਨਹੀਂ ਬਣ ਦਿੰਦਾ ਤੇ ਤੁਸੀਂ ਤਾਂ ਦੱਸੋ ਤੁਹਾਡੇ ਲਿਖਾ ਤੁਹਾਡੇ ਕਹਿਣ ਤੋਂ ਮਤਲਬ ਇਹ ਆ ਕਿ ਜੇ ਤੁਹਾਡਾ ਇਹ ਤਾਂ ਸਾਫ ਹੈ। 100% ਠੀਕ ਆ ਤੁਹਾਨੂੰ ਦੋ ਸਤਾ ਦਾ ਫੇਰ ਬਿਮਾਰੀਆਂ ਲੱਗਣ ਦੇ ਚਾਂਸ ਬਹੁਤ ਘਟ ਜਾਂਦੇ ਆ। ਬਸ ਇਹਦਾ ਵੀ ਜਿਹੜੀਆਂ ਅਸੀਂ ਖਾਣਾ ਖਾਣਾ ਉਹ ਲਿਵਰ ਨਾ ਖਰਾਬ ਹੋਵੇ। ਜਿੱਦਣ ਲਿਵਰ ਖਰਾਬ ਹੁੰਦਾ ਉਹਦਾ ਸਾਰਾ ਸਰੀਰ ਖਰਾਬ ਹੋ ਜਾਂਦਾ। ਠੀਕ ਹੈ ਜੀ। ਲਿਵਰ ਦੇਖ ਸਾਰਾ ਦਾਰੋਂ ਦਾਰੇ ਗੱਲਾਂ। ਲਿਵਰ ਖਰਾਬ ਹੋਇਆ ਤੁਹਾਨੂੰ ਕਾਲਾ ਪੀੜਿਆ ਹੋਣਾ। ਲਿਵਰ ਖਰਾਬ ਹੋਇਆ ਤੁਹਾਨੂੰ ਕੈਂਸਰ ਹੋਣੀ ਆ। ਲਿਵਰ ਖਰਾਬ ਹੋਣ ਨਾਲ ਇਹ ਸਾਰੇ ਕੰਮ ਖਰਾਬ ਆਉਣੇ ਆ। ਮਤਲਬ ਪੇਟ ਸਾਫ਼ ਰਹਿਣਾ ਪੇਟ ਸਾਫ਼ ਰਹਿਣਾ ਦਾ ਖਾਣਾ ਸਹੀ ਖਾਣਾ ਵੇਲੇ ਸਿਰ ਖਾਣਾ ਖਾਣਾ ਚਾਹੀਦਾ ਬਾਰ ਬਾਰ ਚਾਹ ਨਹੀਂ ਪੀਣੀ ਚਾਹੀਦੀ ਕਿਉਂਕਿ ਲੋੜ ਮੁਤਾਬਕ ਚੀਜ਼ ਜਿਹੜੀ ਹੈ ਉਹ ਲੋ ਪੂਰਾ ਰੱਜ ਕੇ ਜ਼ਿਆਦਾ ਖਾਣਾ ਖਾ ਕੇ ਤੇ ਆਪਣਾ ਪੇਟ ਆਪ ਨਾ ਖਰਾਓ ਇੱਕ ਇੱਕ ਮੁਰਗੀ ਜਿਹੜੀ ਉਹ ਅੰਮ੍ਰਿਤ ਆ ਭੁੱਖ ਲੱਗਣ ਤੇ ਤੇ ਜੇ ਇੱਕ ਇੱਕ ਮੁਰਗੀ ਲੋੜ ਨਹੀਂ ਖਾਣਾ ਇੱਕ ਮੁਰਗੀ ਖਾਣ ਦੇ ਦੋ ਇੱਕ ਇੱਕ ਮੁਰਗੀ ਯਾਰਿਆ ਹੂੰ ਇੱਕ ਬੁਰਕੀ ਆ ਰ데요 ਇੱਕ ਬੁਰਕੀ ਅਮਰਤਿਆ ਦੇ ਇੱਕ ਬੁਰਕੀ ਉਹਨੇ ਜੇ ਲੋੜ ਤੋਂ ਵੱਧ ਖਾ ਲਿਆ ਤਾਂ ਜਦੇ ਜ਼ਹਿਰ ਬਣ ਜ਼ਹਿਰ ਬਣ ਜਾਣਾ ਤੁਹਾਡੇ ਅੰਦਰ ਅਗਰ ਜੇ ਤੁਸੀਂ ਸਹੀ ਤਰ੍ਹਾਂ ਖਾਂਦੇ ਜੇ ਤਾਂ ਫਿਰ ਤੁਸੀਂ ਤੰਦਰੁਸਤ ਰਹੋ ਹੁਣ 10 ਦੀ ਉਮਰ 80 ਤੋਂ 80 ਸਾਲ ਤੋਂ ਮੈਂ ਵੱਧ ਗਿਆ ਅਜੇ ਮੈਂ 100 150 ਕਿਲੋਮੀਟਰ ਸਾਈਕਲ ਚਲਾਉਣਾ ਵਾ ਪਜਾ ਫਿਰਦਾ ਮੈਨੂੰ ਕੋਈ ਅਚੋਨੀ ਮੇਰੇ ਬਿਲਕੁਲ ਹਾਲੇ ਵੀ ਤੁਸੀਂ ਮੋਟਰਸਾਈਕਲ ਡਰਾਈਵ ਬਿਲਕੁਲ 100 150 ਕਿਲੋਮੀਟਰ ਇੱਥੋਂ ਮੈਂ ਵੇਖੋ ਲੁਧਿਆਣਾ ਲੁਧਿਆਣੇ ਤੋਂ ਜੋਧਾ ਜੋਧਾ ਤੋਂ ਨਾਰੰਗਵਾਲ ਉਦੋਂ ਫਿਰ ਮੋਗੇ 100 150 ਕਿਲੋਮੀਟਰ ਹੋਏਗਾ ਇੱਥੋਂ ਮੋਗ ਫਿਰ ਮੋਗੇ ਮੋਗੇ ਤੋਂ ਨਿਮਾਗੇ ਪ੍ਰਾਣੇ ਬਾਗੇ ਪ੍ਰਾਣੇ ਨਿਹਾਰ ਸਿੰਘ ਵਾਲੇ ਆ ਮਾ ਥੋੜੇ ਦਿਨ ਹੋ ਗਏ ਆ ਉਹ ਦਿਨ ਹੋ ਗਏ ਸਾਰਿਆਂ ਮੈਂ ਇਦਾਂ ਨੂੰ ਨਿਗਾ ਵਗੈਰਾ ਤੁਹਾਡੀ ਮੇਰੀ ਨਿਗਾ ਜੀ ਇੱਕ ਆ ਕੰਮ ਹੁਣ 15 ਦਿਨ ਰੁਕਮ ਹੈ ਠੀਕ ਕੋਰਾਲੀ ਇਹ ਚ ਨਿਗਾ ਘੜੀ ਥੋੜੀ ਖਬੀ ਅੱਖ ਚ ਉਦੋਂ ਮੈਂ ਪ੍ਰੇਸ਼ ਕਰਕੇ ਲੰਚ ਪੋ ਲਿਆ ਅੱਖਾਂ ਕੋ ਮੇਰੀ ਠੀਕ ਹੈ ਮੈਂ 80 ਸਾਲ ਦੀ ਉਮਰ ਚ ਵੀ ਤੁਹਾਡੀ ਬਿਲਕੁਲ ਮੈਂ ਫਿੱਟ ਹਰ ਗੱਲ ਚ ਬਿਲਕੁਲ ਮੇਰੇ ਸਿਰ ਚ ਕੋਈ ਨਹੀਂ ਕਿ ਮੈਂ ਇੱਕ ਬਾਣੀ ਪਰਮੇਸ਼ਰ ਨੂੰ ਮੰਨਣਾ ਕਿਸੇ ਨਾ ਬੁਰਾ ਨਹੀਂ ਕਰਨਾ ਆਪਣੇ ਦਿਲ ਜੇ ਅਰੰਜ ਨਹੀਂ ਰੱਖਣੀ ਜਿਹੜਾ ਤੁਹਾਡੇ ਅੰਦਰ ਜ਼ਹਿਰ ਤੁਸੀਂ ਐਵੇਂ ਗੱਲਾਂ ਕੱਢੀ ਲੋਕਾਂ ਦੀਆਂ ਬਰਿਆਈਆਂ ਕਰਨੀਆਂ ਇਹ ਗੱਲਾਂ ਤੁਹਾਨੂੰ ਜਿਹੜੀਆਂ ਇਹ ਤੁਹਾਨੂੰ ਬਿਮਾਰ ਕਰਦੀਆਂ ਨੇ ਵਿਚਾਰ ਵੀ ਜਿਹੜੇ ਨੇ ਵਿਚਾਰ ਤੁਹਾਡਾ ਛੋਧਣ ਚ ਲਿਆ ਇੱਕ ਬਾਬਾ ਜੀ ਆਮ ਨਾਲ ਲੋਕਾਂ ਦੇ ਵਿੱਚ ਕਿਉਂਕਿ ਅੱਜ ਕੱਲ ਜਿਹੜਾ ਦਫ਼ਤਰੀ ਕੰਮ ਆ ਜਰਾਤਰ ਹਾਰਡਵਰਕ ਜਾਂ ਸਰੀਰਕ ਕੰਮ ਰਹਿ ਨਹੀਂ ਗਏ ਸਾਰੇ ਕੰਮ ਬੈਠ ਕੇ ਕੰਪਿਊਟਰਾਂ ਤੇ ਜਾਂ ਦਫ਼ਤਰਾਂ 'ਚ ਬੈਠ ਕੇ ਹੋਣ ਵਾਲੇ ਨੇ ਤਾਂ ਇਹਦੇ ਵਿੱਚ ਲੋਕਾਂ ਨੂੰ ਕਬਜ਼ ਦੀ ਪੇਟ ਦੀਆਂ ਬਿਮਾਰੀਆਂ ਪੇਟ ਗੈਸ ਹਨ ਬਹੁਤ ਵੱਡੇ ਲੈਵਲ ਦੇ ਬਿਮਾਰੀ ਫੈਲੀ ਹੋਈ ਹੈ ਤਾਂ ਇਹਦਾ ਕੋਈ ਸੌਖਾ ਜਿਹਾ ਇਲਾਜ ਹੈ ਵੀ ਬੰਦਾ ਆਪਣਾ ਘਰੇ ਹੀ ਕੋਈ ਚੀਜ਼ਾਂ ਉਹ ਜੀਂਦਾ ਚਲੋ ਮਿੱਠਾ ਸੋਡਾ ਤੁਸੀਂ ਵਰਤ ਲਿਆ ਹੋ ਹੋ ਸਕਦਾ ਮਿੱਠਾ ਸੋਡਾ ਕਿਸੇ ਨੂੰ ਅਲਰਜੀ ਵੀ ਕਰਦਾ ਹੋਣਾ ਹੈ ਨਾ ਕਿਸੇ ਕਿਸ ਨੂੰ ਪਾਵੇਂ ਨਹੀਂ ਕਰਦਾ ਨਹੀਂ ਨਹੀਂ ਕਰਦਾ ਨਹੀਂ ਲੋ ਅਲਰਜੀ ਨੂੰ ਰੋਕਦਾ ਹੋ ਅੱਛਾ ਕੈਂਸਰ ਤੱਕ ਵੀ ਮਾਰੀ ਕਰਦਾ ਕੈਂਸਰ ਨੂੰ ਵੀ ਰੋਕਦਾ ਮਤਲਬ ਅੰਮ੍ਰਿਤ ਹੈ ਇੱਕ ਤਰ੍ਹਾਂ ਦਾ ਮਿੱਠਾ ਸੋਡਾ ਪਹਿਲੀ ਚੀਜ਼ ਦੇ ਵਿੱਚ ਕੈਂਸਰ ਨੂੰ ਵੀ ਰੋਕਦਾ ਹੈ ਚਲੋ ਇਹ ਮਿੱਠੇ ਸੋਡੇ ਤੋਂ ਇਲਾਵਾ ਕੁਝ ਹੋਰ ਅਲਟਰਨੇਟਿਵ ਹੈ ਇਹ ਆ ਵੀ ਤੁਸੀਂ ਕਬਜ ਖਬਜ ਹੁੰਦੀ ਹੈ ਜੀ 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 ਮੈਂ ਇੱਕ ਗੱਲ ਦੋ ਗੱਲਾਂ ਕਰ ਦਿੰਦਾ ਦੱਸ ਦਿੰਦਾ ਪਣ ਭਰਾਵਾਂ ਨੂੰ ਦੋ ਚੀਜ਼ਾਂ ਨਾਲੀਆਂ ਸਿਰਫ ਜੀ ਇੱਕ ਆਪਣਾ ਹਰੜ ਜਲਾਬਾ ਹੁੰਦੀ ਆ ਠੀਕ ਹੈ ਜੀ ਉਹ ਤਕਰੀਬ ਹੁਣ ਪਹਿਲਾਂ ਤੇ ਬਹੁਤ ਮਹਿੰਗੀ ਸੀ ਹੁਣ ਉਹਦਾ ਕੋ ਰੇਟ ਥੋੜਾ ਘਟਿਆ ਹੁਣ 3800 ਦੇ ਲਗਭਗ ਕਿਲੋ ਹੁੰਦੀ ਆ ਠੀਕ ਹੈ ਜੀ ਤੇ 150 ਗ੍ਰਾਮ ਹੀ ਲੈਣੀ ਹੁੰਦੀ ਆ ਮਤਲਬ ਜੇ ਤੁਸੀਂ ਉਹ 100 ਗ੍ਰਾਮ ਹਰੜ ਲੈਂਦੇ ਹੋ ਹਰੜ ਗਲਾਬਾ 100 ਗ੍ਰਾਮ ਤੇ ਬਦਾਮ ਗਿਰੀ 50 ਗ੍ਰਾਮ ਉਹਨਾਂ ਨੂੰ ਦੋ ਤਰ੍ਹਾਂ ਦੇ ਹੁੰਦੇ ਇੱਕ ਤਾਂ ਚੰਗੇ ਗਰੀਬ ਬਦਾਮ ਲੈ ਲਓ ਗੁਰਬੰਦੀ ਹਣਾ ਇਦਾਂ ਦੇ ਪੁੱਜੀਆ ਬਦਾਮ ਦੀ ਗਰੀ ਲੈ ਲਓ ਠੀਕ ਹੈ ਜੀ ਜਿਨ੍ਹਾਂ ਵਿੱਚ ਤੇਲ ਜ਼ਿਆਦਾ ਹੋਵੇ 100 ਗ੍ਰਾਮ ਹਰੜ ਜਲਾਬਾ 50 ਗ੍ਰਾਮ ਬਦਾਮਾਂ ਦੀਆਂ ਉਹਨਾਂ ਦੋਨ ਲੱਗ-ਲੱਗ ਕੁੱਟ ਕੇ ਬਰੀਕ ਪਾਊਡਰ ਕਰਕੇ ਤੇ ਉਹਨਾਂ ਦੋਨ ਨੂੰ ਮੁਰਕੇ ਮਿਲਾ ਲਓ ਹਮ ਮਿਲਾ ਗਏ ਉਹ ਥੋੜਾ ਦੇਸੀ ਘਿਓ ਪਾ ਕੇ ਤੁਹਾਨੂੰ ਐਂ ਕਰਕੇ ਮਸਲੋ ਹਮ ਤੇ ਉਹਦੀ ਖੁਸ਼ਕੀ ਖਤਮ ਹੋ ਜਾਵੇ ਉਹ ਰੱਖ ਲਓ 1 ਗ੍ਰਾਮ ਤੋਂ ਲੈ ਕੇ 2 ਗ੍ਰਾਮ 2.5 ਗ੍ਰਾਮ ਬਸ ਬਹੁਤ ਤੇਜ਼ ਆ ਉਹ ਹਮ ਬਾਤ ਤੁਹਾਨੂੰ ਜੇ 5 ਟਟੀਆਂ ਵਿੱਚ ਆ ਜਾਣ 10 ਵੀ ਮਦਲਾ ਆ ਜਾਣ ਰਾਤ ਨੂੰ ਖਾਓਗੇ ਤੇ 10 ਟਟੀਆਂ ਵਿੱਚ ਤੁਹਾਨੂੰ ਵੀਕਨੈਸ ਨਹੀਂ ਹੋਏਗੀ। ਅੱਛਾ ਕਿਉਂ ਕਿ ਇਹ ਤਾਕਤ ਆ। ਹੂੰ 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 ਹੂੰ। ਬਦਾਮ ਹਰੜ ਜਿਹੜੇ ਇੱਕ ਫਲ ਨੇ। ਆ ਉਦਾਂ ਜੇ ਲੂਜ਼ ਮੋਸ਼ਨ ਲੱਗਦੇ ਪਾਣੀ ਨਿਕਲ ਜਾਂਦਾ ਕਮਜ਼ੋਰੀ ਬਹੁਤ ਹੋ ਜਾਂਦੀ। ਉਹ ਨਹੀਂ ਹੋਏਗੀ। ਅੱਛਾ ਭਾਵੇਂ ਤੁਹਾਨੂੰ 20 ਲੈਣਾ ਆਣਾ ਸਿਰਫ ਫੋਲਰ ਘਾਏਗਾ। ਅੱਛਾ ਕਿਉਂਕਿ ਦੋਵੇਂ ਚੀਜ਼ਾਂ ਜਿਹੜੀਆਂ ਹਰਬਲ ਆ। ਹੂੰ 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 ਹੂੰ। ਬਦਾਮ ਗਿਰੀ ਦੇਸੀ ਕਿਉ ਤੇ ਹਰੜਾ ਤੇ ਇਹ ਫਿਰ ਇਹ ਇੱਕ ਕੰਡ ਆ ਜਿਹਨੂੰ ਹਰ ਗਏ ਨੇ ਇਹ ਕੰਡ ਆ ਇਹ ਇੱਕ ਜਮ ਸ਼ਕਰਗੰਦੀ ਹੁੰਦੀ ਹੈ ਇਸ ਤਰ੍ਹਾਂ ਜ਼ਮੀਨ ਚੋਂ ਨਿਕਲਦੀ ਆ ਠੀਕ ਹੈ ਜੀ ਤੇ ਇਹ ਕੰਡ ਆ ਇਹ ਫਿਰ ਜਦੋਂ ਇਹ ਲੈਨੇ ਆ ਭਾਵੇਂ ਤੁਸੀਂ ਦੂਜੇ ਦਿਨ ਲਓ ਤੀਜੇ ਦਿਨ ਲਓ ਤੇ ਪੇੜ ਆਪਣਾ ਸਾਫ਼ ਰੱਖੋ ਹਫਤੇ ਜੇ ਇੱਕੋ ਹੀ ਦਾ ਕਾਰੀ ਲੈ ਲਓ ਇਹਦਾ ਕੋਈ ਨੁਕਸਾਨ ਨਹੀਂ ਬਿਲਕੁਲ ਨੁਕਸਾਨ ਨਹੀਂ ਮੈਂ ਕਈ ਸਾਲਾਂ ਤੋਂ ਵਰਤਾਂ ਫਿਰ ਦੂਜਾ ਇਹ ਬਣਾ ਕੇ ਰੱਖ ਕੇ ਰਛੜੋ ਫਿਰ ਇੱਕ ਇਹ ਆ ਵੀ ਤੁਸੀਂ ਜੇ ਕਿ ਨੂੰੇ ਨਹੀਂ ਸੈਟ ਆਉਂਦਾ ਤਾਂ ਉਹ ਬਦਾਮਾਂ ਦੀ ਗਿਰੀਆਂ ਲੈ ਲਵੇ 20 ਗ੍ਰਾਮ ਹੂੰ ਸੁਕਮੂਨੀਆਂ ਸਾਲਟ ਸੁਕਮੂਨੀਆਂ ਹੁੰਦਾ ਹੈ ਇੱਕ ਲਖਤ ਹੁੰਦਾ ਵਾ ਅਮਲਤਾਸ ਦਾ ਰੁਖ ਹੁੰਦਾ ਹੈ ਉਹਨੂੰ ਜਿਹੜੀਆਂ ਫੜੀਆਂ ਲੱਗਦੀਆਂ ਉਹ ਉਹਦਾ ਸਾਤ ਹੁੰਦਾ ਹੈ ਅਮਲਤਾਸ ਰੁਖ ਦਾ ਸਾਤ ਹੁੰਦਾ ਹੈ ਦਾਚੀ ਮਾਰਗਾ ਉਹ ਲੈ ਲੋ 10 ਗ੍ਰਾਮ ਉਹ ਲੈ ਲੋ ਤੇ ਉਹਨੂੰ ਪੀ ਲੋ ਬਦਾਮਾਂ ਦੀ ਗਿਰੀਆਂ 20 ਗ੍ਰਾਮ ਲੈ ਲੋ ਤੇ ਕਾਲੇ ਮਨਕੀ 10 ਗ੍ਰਾਮ ਜਾ 15 ਗ੍ਰਾਮ ਲੇ ਲੋ ਜੋ ਬੀ ਕੜ ਕੇ ਉਹਨਾਂ ਨੂੰ ਕੁਟ ਲੋ ਤੇ ਉਹ ਪਾਊਡਰ ਕਰਕੇ ਕਮੋਨੀਆਂ ਉਹਦੇ ਵਿੱਚ ਮਿਲਾ ਕੇ ਰੱਖ ਲੋ ਉਹਦੇ ਛੋਲੇ ਦਾਣੇ ਜਿਹੜੀਆਂ ਗੋਲੀਆਂ ਬਣਾ ਲਓ ਦੋ ਗੋਲੀਆਂ ਰਾਤ ਨੂੰ ਖਾਓ ਪੇਟ ਸਾਫ ਹੋ ਜਾਊਗਾ ਅੱਛਾ ਕੋਈ ਇਹਦੇ ਵਿੱਚ ਕੋਈ ਇਤਜਾਬ ਨਹੀਂਗਾ ਕੋਈ ਐਸੀ ਚੀਜ਼ ਨਹੀਂ ਕੀ ਜਿਹੜੀ ਬੰਦੇ ਨੂੰ ਨੁਕਸਾਨ ਹੋਊਗਾ ਸਵਾਲ ਨਹੀਂ ਪਤਾ ਹਾਂ ਇਕਨਾ ਹੋਰ ਵੇਖਣ ਚਾਹ ਆ ਵੀ ਅੱਜਕੱਲ ਪੱਥਰੀ ਜਿਹੜੀ ਹੁੰਦੀ ਆ ਪਿੱਤੇ ਦੀ ਗੁਰਦੇ ਦੀ ਹਨਾ ਉਹ ਬੜੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਹੋ ਰਹੀ ਆ ਤੇ ਠੀਕ ਵੀ ਨਹੀਂ ਹੁੰਦੀ ਬੜੀਆਂ ਬੜੀਆਂ ਦਵਾਈਆਂ ਵੀ ਖਾ ਲੈਂਦੇ ਨੇ ਲੋਕ ਆਯੁਰਵੇਦ ਦੇ ਵਿੱਚ ਵੀ ਕਈ ਵੈਦਾਂ ਕੋਲ ਵੀ ਦਵਾਈਆਂ ਖਾਧੀਆਂ ਜਾਂਦੀਆਂ ਨੇ ਤੇ ਉਹ ਲੋਕ ਠੀਕ ਨਹੀਂ ਹੁੰਦੇ ਪੱਥਰੀ ਨਹੀਂ ਨਿਕਲਦੀ ਭਾਵੇਂ ਛੋਟੀ ਤੋਂ ਛੋਟੀ ਪੱਥਰੀ ਵੀ ਆ ਇੱਕ ਤਾਂ ਇਹਦਾ ਇਲਾਜ ਪੱਥਰੀ ਦਾ ਤੇ ਦੂਸਰਾ ਪੱਥਰੀ ਹੋਵੇ ਹੀ ਨਾ ਬੰਦੇ ਨੂੰ ਉਦੋਂ ਲਈ ਕੀ ਕਰੇ ਕਿਉਂਕਿ ਖਾਣ ਪੀਣ ਦਾ ਬੰਦੇ ਦਾ ਜਵਾਨ ਤਾਂ ਰੁਕ ਨਹੀਂ ਸਕਦੀ ਹੁਣ ਜਿਨ੍ਹਾਂ ਨੂੰ ਪੱਥਰੀ ਹੁੰਦੀ ਆ ਜੀ ਡਾਕਟਰ ਸਾਹਿਬ ਦਾ ਆਪਰੇਸ਼ਨ ਕਰਦੇ ਮੈਂ ਉਹਨਾਂ ਦੇ ਖਿਲਾਫ ਨਹੀਂ ਕਿਸੇ ਦੇ ਕਿ ਆਹ ਹਾਰੋ ਗ੍ਰਸਿਤ ਆਪੋ ਆਪਣੀ ਥੂਰੀ ਆ ਹੂੰ ਉਹਨਾਂ ਥੂਰੀ ਜਿਹੜੀ ਉਹ ਆਪਣੀ ਥੂਰੀ ਹੈ ਸਾਡੀ ਆਪਣੀ ਥੂਰੀ ਹੈ ਵੈਦਿਕ ਦੀ ਜੀ ਅਸੀਂ ਅੱਜ ਤੱਕ ਪਤਾ ਨਹੀਂ ਕਿੰਨੇ ਲੋਕਾਂ ਦੇ ਪਿੱਤੇ ਦੀ ਪਥਰੀ ਗੱਡੀ ਆ ਹੂੰ ਪਿੱਤੇ ਦੀ ਵੀ ਗੁਰਦੇ ਦੀ ਗੱਲ ਛੱਡੋ ਜਿਹੜੀ ਪਥਰੀ ਜਿਹਦੇ ਵਿੱਚ ਮੈਟਲ ਆ ਜਾਵੇ ਉਹ ਪਥਰੀ ਨਹੀਂ ਨਿਕਲਦੀ ਅੱਛਾ ਮੈਟਲ ਮਤਲਬ ਥੋਸ ਜਿਹੜੀ ਹੁੰਦੀ ਹੈ ਜੇ ਥੋਸ ਪਥਰੀ ਜਿਹੜੀ ਹੁੰਦੀ ਹੈ ਨਾ ਉਹ ਨਹੀਂ ਨਿਕਲਦੀ ਹੂੰ ਨਾਉ ਪਥਰੀ ਨਿਕਲ ਜਾਂਦੀ ਹੈ ਨਾ ਗੁਰਦੇ ਇਹਨਾਂ ਨਿਕਲ ਜਾਂਦੇ ਆ ਉਹਦਾ ਫਿਰ ਆਪਰੇਸ਼ਨ ਹੀ ਕਰਾਉਣਾ ਉਹਦਾ ਆਪਰੇਸ਼ਨ ਹੀ ਕਰਾਉਣਾ ਪੈਂਦਾ ਪਰ ਜਿਹੜੀ ਗੁਰਦੇ ਵਿੱਚ ਪਥਰੀ ਬਣਦੀ ਹੈ ਤੇ ਲੋਕਾਂ ਚਾਰ-ਚਾਰ ਬਣੀ ਆਪਰੇਸ਼ਨ ਕਰਾਇਆ ਜਦੋਂ ਪਥਰੀ ਬਣਦੀ ਉਹਨਾਂ ਨੂੰ ਆਪਰੇਸ਼ਨ ਕਰਾਉਣਾ ਪੈਂਦਾ ਉਹ ਦਵਾ ਨਹੀਂ ਲੈਂਦੇ ਜਿੰਨਾਂ ਕੋ ਪੈਸੇ ਜ਼ਿਆਦੇ ਆ ਇਹ ਗਰੀਬ ਲੋਕ ਦੁਇਆ ਖਾਂਦੇ ਸਾਡੇ ਕੋਲੋਂ ਤੇ ਉਹਨਾਂ ਦੇ ਨਿਕਲ ਜਾਂਦੀਆਂ ਬਿਲਕੁਲ ਗੁਣਗਾਉਂਦੇ ਵੀ ਤੁਸੀਂ ਠੀਕ ਆ ਔਰ ਮੇਰੇ ਕੋ ਰਿਗਾਰਡ ਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਕੜੀਆਂ ਔਰ ਮੈਂ ਤੁਹਾਡੇ ਟੀਵੀ ਚੈਨਲ ਤੇ ਗੱਲ ਕਰ ਰਿਹਾ ਹਾਂ ਵੀ ਉਹਨਾਂ ਨੂੰ ਬੁਝੇ ਹੋਰ ਕੁਝ ਨਹੀਂ ਕਰ ਸਕਦੇ ਤੇ ਉਹ ਜੋਂਖਾਰ ਦੇ ਕਲਮੀ ਸ਼ੋਰਾ ਹੂੰ ਦੋ ਦੋ ਰਤੀਆਂ ਸਵੇਰੇ ਸ਼ਾਮ ਪਾਣੀ ਨਾਲ ਲੈ ਜਾਣ ਮਤਲਬ ਕਲਮੀ ਸ਼ੋਰਾ ਦੇ ਜੋ ਇਦਾਂ ਹੀ ਖਾੱਚੇ ਜੋਂਖਾਰ ਜੋਂਖਾਰ ਇਹ ਜੋਂ ਹੁੰਦੇ ਨੇ ਇਹਦੀ ਖਾਰ ਬਣਦੀ ਆ ਅੱਛਾ ਕਿਉਂਕਿ ਇੰਨਾ ਜਵਾਂ ਨੂੰ ਜਦੋਂ ਪਕੜਨਦੇ ਆਉਂਦੇ ਆ ਦਾਣਾ ਪੈ ਜਾਂਦਾ ਉਹਨੂੰ ਵੱਢ ਕੇ ਉਨ ਸੁਕਾ ਕੇ ਉਨ ਸਾੜ ਕੇ ਸੁਆ ਬਣਾਈ ਜਾਂਦੀ ਫਿਰ ਉਹਦੀ ਸੁਆ ਉਹਨੂੰ ਪਾਣੀ ਘੋਲਿਆਂ ਦਾ ਉਹਦੇ ਵਿੱਚੋਂ ਉਹਦਾ ਲੂਣ ਕੱਢਿਆ ਜਾਂਦਾ ਫਿਰ ਉਹ ਸੜ ਕੱਢਿਆ ਜਾਂਦਾ ਉਹਨੂੰ ਜੋਂ ਖਾ ਰੱਖਿਆ ਇਹ ਜੋਂ ਖਰ ਮਿਲ ਜਾਂਦੀ ਹੈ ਸਾਰਿਆਂ ਕੋਲ ਬਣੀ ਬਣੀ ਮਿਲ ਜਾਂਦੀ ਮਿਲ ਜਾਂਦੀ ਜੋਂ ਖਾ ਕੇ ਕਲਮੀ ਸ਼ੋਰਾ ਅੱਛਾ ਦੋ ਚੀਜ਼ਾਂ ਨਹੀਂ ਇਤਨੀ ਮਤਲਬ ਖਾਲੇ ਹਨਾ ਉਹਨਾਂ ਨੂੰ ਥੋੜਾ ਮਤਲਬ 2 ਗ੍ਰਾਮ ਤੇ 3 ਗ੍ਰਾਮ 2-2 ਗ੍ਰਾਮ 4 ਗ੍ਰਾਮ ਵੀ ਖਰਾਕ ਜਿਹੜੀ ਆ ਉਹ ਲਵੇ ਤੇ ਪਾਣੀ ਰੱਜ ਕੇ ਪੀਵੇ ਤੇ ਜਿਹੜੀਆਂ ਬੀ ਵਾਲੀਆਂ ਚੀਜ਼ਾਂ ਉਹ ਨਾ ਖਾਵੇ ਹੂੰ ਹੂੰ ਜਿਨ੍ਹਾਂ ਨੇ ਆਪਰੇਸ਼ਨ ਕਰਾ ਲਿਆ ਵਾ ਤੇ ਦੁਬਾਰਾ ਉਹ ਚੈੱਕ ਕਰਾਣਾ ਪਥਰੀ ਨਿਕਲ ਗਈ ਆ ਜੀ ਉਹ ਪਥਰੀ ਨਿਕਲ ਗਈ ਉਸ ਤੋਂ ਬਾਅਦ ਉਹ ਕੀ ਕਰਨ ਭਈ ਉਹ ਜੇ ਇਹ ਗੱਲ ਮੰਨਣਗੇ ਦਾਸ ਦੀ ਤਾਂ ਉਹਨਾਂ ਆਪ ਹੀ ਉਹ ਵੇਖ ਲੈਣ ਕਰਕੇ ਉਹਨਾਂ ਦਾ ਭਲਾ ਹੋਏਗਾ ਕਿ ਉਹ ਆਪ ਦੇ ਘਰ ਨਿੰਬੂ ਦਾ achar ਜਾਂ ਗਲਗਲ ਦਾ achar ਉਹ ਜਿਹੜਾ ਉਹ ਦੂਜੇ ਦਿਨ ਨਤੀਜੇ ਦਿਨ ਖਾਂਦੇ ਰਹਿਣਾ ਜਾਂ 2 ਗ੍ਰਾਮ ਕੌਡੀਆਂ ਲੈ ਕੇ ਬੋਤਲ ਚ ਪਾ ਦਿਓ ਤੇ ਨਿੰਬੂ ਦਾ ਰਸ ਨਿਚੋੜ ਕੇ ਵੱਖਰਾ ਪੁਣ ਕੇ ਉਹਦੇ ਵਿੱਚ ਪਾ ਦਿਓ ਜਦੋਂ ਕੌਡੀਆਂ ਸਾਰੀਆਂ ਗਲ ਜਾਣ ਸਮਝੋ ਤੁਹਾਡੀ ਦਵਾਈ ਤਿਆਰ ਹੋ ਗਈ ਠੀਕ ਹੈ ਜੀ ਉਹ ਜਿਹੜੀ ਦਵਾਈ ਆ ਉਹ ਤੁਸੀਂ ਹਫਤੇ ਪਿੱਛੋਂ ਇੱਕ ਅੱਧਾ ਚਮਚਾ ਲੈ ਲਿਆ ਕਰੋ ਖਾਣਾ ਖਾ ਕੇ ਹੂੰ ਕਿ ਪਥਰੀ ਤੁਹਾਡੇ ਅੰਦਰ ਬਣੇਗੀ ਮਤਲਬ ਜੇ ਪਥਰੀ ਹੈਗੀ ਆ ਉਹਨੂੰ ਕਢਾ ਲਓ ਪਹਿਲਾਂ ਜਾਂ ਦਵਾਈ ਨਾਲ ਜਾਂ ਜੇ ਭਾਵੇਂ ਜਿਵੇਂ ਆਪਰੇਸ਼ਨ ਨਾਲ ਵੀ ਚਲੋ ਕਿਸੇ ਨੇ ਕਢਾ ਲਈ ਹੁਣ ਤੋਂ ਬਾਅਦ ਨਾ ਬਣੇ ਉਹ ਲਈ ਇਹ ਦਵਾਈ ਆ ਉਹਦੇ ਲਈ ਇਹ ਦਵਾਈ ਆ ਕਿ ਉਹ ਮਤਲਬ ਨਿੰਬੂ ਦਾ achar ਗਲਗਲ ਦਾ achar ਨਿੰਬੂ ਦੇ ਪਾਣੀ ਨੂੰ ਬਣਾ ਕੇ ਉਹਦੇ ਵਿੱਚ ਪਾ ਕੇ ਤੁਹਾਨੂੰ ਪਤਾ ਲੱਗ ਜੇ ਬਈ ਹੁਣ ਸਾਡਾ ਜਿਹੜੇ ਕੋਡੀਆਂ ਗਲ ਗਈਆਂ ਕਿਉਂ ਕੋਡੀ ਵੀ ਇੱਕ ਪੱਥਰ ਆ ਉਹ ਜਦੋਂ ਗਲ ਜਾਂਦੀਆਂ ਸਮਝਦਵਾਏ ਬਣਗੋ ਤੁਹਾਡੇ ਹਲਾ ਕੇ ਉਹਨੂੰ ਇੱਕ ਚਮਚ ਹਫ਼ਤੇ ਪਿਛੋਂ ਲੈ ਲਓ ਤੇ ਗਾਂ ਪੱਥਰੀਆਂ ਨਹੀਂ ਮੜਨਗੀਆਂ ਇੱਕ ਬਾਬਾ ਜੀ ਆਪਾਂ ਹੋਰ ਵੇਖਿਆ ਅਕਸਰ ਬੱਸ ਸਟੈਂਡਾਂ ਦੇ ਜਾਂ ਰੇਲਵੇ ਸਟੇਸ਼ਨਾਂ ਦੇ ਕੰਧਾਂ ਦੇ ਸੈਕਸ ਦੀਆਂ ਕਮਜ਼ੋਰੀਆਂ ਇਹ ਉਹ ਹਾਂ ਕਿ ਵੀ ਤਰੀਕੇ ਦਾ ਬਿਜ਼ਨਸ ਜਾਂ ਕਿਸਮ ਦਾ ਬਣ ਗਿਆ ਵੀ ਲੋਕ ਲੋਕ ਡਰੇ ਇੰਨਾ ਹੋਏ ਨੇ ਸੈਕਸ ਤੋਂ ਵਿਆਹ ਤੋਂ ਹਨਾ ਕਿ ਉਹ ਇੱਕ ਇਹ ਵੀ ਇੱਕ ਮਾਇਆ ਜਾਲ ਫਸਾਇਆ ਹੋਇਆ ਬਹੁਤ ਸਾਰੇ ਲੋਕਾਂ ਨੇ ਤਾਂ ਇਹ ਸੈਕਸ ਕਮਜ਼ੋਰੀ ਕੀ ਹੁੰਦੀ ਆ ਇਹਦਾ ਕੋਈ ਲਾਜ ਸੌਖੇ ਜਿਹੀ ਵੀ ਚਲੋ ਇੱਕ ਬੰਦਾ ਆਪਣੇ ਕਿਸੇ ਫालतू ਬੰਦੇ ਵੈਦ ਕੋਲ ਵੀ ਨਾ ਸਾਰੇ ਦੁੱਤ ਤੋਤੇ ਨਹੀਂ ਹੁੰਦੇ ਬਹੁਤ ਸਾਰੇ ਲਾਲਚੀ ਵੈਦ ਵੀ ਹੈਗੇ ਨੇ ਡਾਕਟਰ ਵੀ ਹਨ ਤਾਂ ਇਹ ਚੀਜ਼ਾਂ ਤੋਂ ਵੀ ਕਿਵੇਂ ਪ੍ਰੇਸ਼ ਕੀਤਾ ਜਾ ਸਕਦਾ ਬਚਿਆ ਜਾ ਸਕੇ ਵੀ ਨੌਜਵਾਨ ਜਿਹੜੀ ਪੀੜ੍ਹੀ ਡਰੀ ਹੋਈ ਆ ਸੈਕਸ ਦੀਆਂ ਕਮਜ਼ੋਰੀਆਂ ਨਾਲ ਲੈ ਕੇ ਉਧਰ ਵੀ ਉਹ ਥੋੜਾ ਜਿਹਾ ਬਚਾ ਕਰ ਸਕਣ ਆਪਣਾ ਇਹ ਜਿਹੜਾ ਸਮੇਂ ਮੁਤਾਬਕ ਜੀ ਜੋ ਅਮਰੀਕਾ ਵਾਲਿਆਂ ਨੇ ਕਾਰਡ ਕੱਢੀ ਜਿਹੜੀ ਆ ਅੱਜਕੱਲ ਗੋਲੀ ਆ ਰਹੀ ਆ ਹੂੰ ਲੋਕ ਬੱਚੇ ਖਾਂਦੇ ਨੇ ਵਿਆਗਰਾ ਗੋਲੀ ਜਿਹਨੂੰ ਬੋਲਦੇ ਆ ਵਿਆਗਰਾ ਬਹੁਤ ਚੱਲਦੀ ਸੈਕਸ ਉਹ ਵਿਆਗਰਾ ਗੋਲੀ ਜਿਹੜੀ ਆ ਅਸਲ ਉਸ ਗੋਲੀ ਨੇ ਸਾਰੇ ਬੱਚਿਆਂ ਦਾ ਬੇੜਾ ਕਰ ਕੀਤਾ ਹੂੰ ਹੂੰ ਕਿਉਂ ਕੀਤਾ ਹੈ ਕਿ ਉਹ ਸਿਰਫ ਗੋਲੀ ਆ ਜਿਹੜੇ ਬਜ਼ੁਰਗ ਬੰਦੇ 40 ਸਾਲ ਤੋਂ ਵੱਧ ਵਾਲੇ ਵੀ ਜਿਨ੍ਹਾਂ ਨੂੰ ਅਕੜਾ ਘਟਾ ਹੂੰ ਮੁੰਡਿਆਂ ਨੂੰ ਘੜਾ ਬਹੁਤ ਹੁੰਦਾ ਹੂੰ ਉਨਾਂ ਦੇ ਬੱਚੇ ਨੂੰ ਕੜਾ ਹੁੰਦਾ ਹੈ ਪਰ ਜਦੋਂ ਉਹ ਗੋਲੀ ਖਾਂਦਿਆਂ ਨੂੰ ਕੜਾ ਜਿਆਦਾ ਆਂਦਾ ਨਾੜੀਆਂ ਫੁੱਲ ਜਾਂਦੀਆਂ ਨੇ ਓਏ ਹੋਏ ਅੱਛਾ ਜਦੋਂ ਨਾੜੀਆਂ ਫੁੱਲ ਜਾਂਦੀਆਂ ਨੇ ਤਾਂ ਉਹ ਜੋਰ 4 ਵਜੇ 5 10 20 ਬੰਦਾੜਾ ਗੋਲੀਆਂ ਮੁੰਡਾ ਖਾ ਗਿਆ ਉਹਦੀ ਮੁੜਕੀ ਇੰਦਰੀ ਖਤਮ ਹੋ ਜਾਂਦੀ ਹੈ ਅੱਛਾ ਕਿਉਂਕਿ ਨਾੜੀਆਂ ਫੁੱਲ ਫੁੱਲ ਕੇ ਕੜਾ ਦੀ ਲੋੜ ਨਹੀਂ ਉਹਨੂੰ ਕੜਾ ਤੋਦ ਕੋ ਹੈਗਾ ਹੈ ਪਰ ਉਹ ਉਹਨੂੰ ਚਾਹੀਦੀ ਦੇਰੀ ਉਹ ਇਸੇ ਚਾਗ ਤੇ ਦੇਰੀ ਦੇ ਚਾਗ ਤੇ ਉਹ ਗੋਲੀਆਂ ਖਾਂਦਾ ਹਮ ਇੰਨੇ ਨੂੰ ਦੇਰੀ ਲੱਗੇ ਲੇਕਿਨ ਉਹ ਤਾਂ ਦੇਰੀ ਨਹੀਂ ਲੱਗ ਸਕਦੀ ਹਮ ਦੇਰੀ ਤਾਂ ਲੱਗੂਗੀ ਜੇ ਤੇਰਾ ਤੇਰੇ ਵਿੱਚ ਸੰਗਣਾ ਹੋਏਗਾ ਹੂੰ ਤੇਰੇ ਵਿੱਚ ਵੀ ਸੰਗਣਾਗਾ ਤੂੰ ਦੁੱਧ ਕਿਉ ਮੱਖਣ ਦੇ ਜੋ ਖਰਾਗ ਆ ਦੁੱਲਛoare ਪਾ ਕੇ ਲਵੋ ਹੂੰ ਠੀਕ ਆ ਤੁਹਾਨੂੰ ਨਹੀਂ ਬਣੀ ਬਤਰੀ ਖਰਾਗ ਬਦਾਮ ਪਾਕ ਆ ਮੂਸਲੀ ਪਾਕ ਆ ਬਣੀਆਂ ਖਰਾਕਾਂ ਜਿਹੜੀਆਂ ਬੜੀਆਂ ਵੈਦਕ ਦੇ ਵਿਚਾਰੀਆਂ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਆ ਉਹ ਲਵੋ ਹੂੰ ਫਿਰ ਜੇ ਬਦਲ ਜਿਆਦਾ ਵੀ ਫਿਰ ਵੀ ਖਰਾਕ ਘਟਾ ਫਿਰ ਤੁਸੀਂ ਜੋ ਆਪਾਂ ਤੇਲ ਆ ਜਿਹੜਾ ਹਰਿੰਡ ਦਾ ਤੇਲ ਰਿੰਡੀ ਦਾ ਤੇਲ ਵੀ ਕਹਿੰਦੇ ਆ ਹੂੰ ਹੂੰ ਉਹ ਬਾਜ਼ਾਰੋਂ ਮਿਲ ਜਾਂਦਾ 100 ਗ੍ਰਾਮ 200 ਮਿਲ ਜਾਂਦੀ ਬਾਦਕਰ ਉਹ ਲੈ ਕੇ ਤੇ ਆਪਣੀ ਤੁਸੀਂ ਉਹਦੀ ਮਾਲਚ ਕਰ ਸਕਦੇ ਹੋ ਹੂੰ ਰਾਤ ਨੂੰ ਮਾਲਚ ਕਰੋ ਕੁਸੇ ਪਾਣੇ ਸੁਰਨਾਓ ਹੂੰ ਤੇ ਇਸਨੇ ਦਵਾਈਆਂ ਖਾਓ ਤੁਹਾਨੂੰ ਆਰਾਮ ਆਏਗਾ ਮਤਲਬ ਇਹ ਚੀਜ਼ਾਂ ਵਰਤੋ 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 ਆਰਾਮ ਆਏਗਾ ਲੋਕ ਜਾਣਕਾਰੀ ਦੀ ਕਮੀ ਕਰਕੇ ਵੀ ਨਾ ਜਾਲ 'ਚ ਫਸ ਜਾਂਦੇ ਵੀ ਬੱਚਿਆਂ ਨੂੰ ਇਹ ਜੀ ਗੋਲੀਆਂ ਇਹ ਨਹੀਂ ਖਾਣੀਆਂ ਸੈਕਸ ਦੀ ਗੋਲੀ ਕੋਈ ਨਹੀਂ ਖਾਣੀ ਕੋਈ ਨਹੀਂ ਖਾਣੀ ਚਾਹੀਦੀ ਉਹ ਛਵਾਰਾ ਖਾਣ ਹਮ ਬਦਾਮ ਨਹੀਂ ਗਰੀਆਂ ਲੈਣ ਹਮ ਉਹਨਾਂ ਦੀ ਪਨੀਰੀ ਬਣਾ ਕੇ ਖਾਣ ਹਮ ਜੇ ਕਿਸੇ ਨੇ ਖਾਣੀਆਂ ਤੇ ਵੈਦਕ ਦੀਆਂ ਵਿੱਚ ਬੇਅੰਤ ਗੋਲੀਆਂ ਨੇ ਹਮ ਇਹੋ ਚੀਜ਼ ਇਹਨਾਂ ਚੀਜ਼ਾਂ ਨੇ ਬਣੀਆਂ ਮੂਸਲੀ ਪਾਕ ਆ ਹਮ ਚਾਲਾ ਪੰਜਾ ਸਾਲ ਮਿਸੀ ਸਾਲ ਬਦਾਨਾ ਬੀਜ ਬੰਦ ਬੇਅੰਤ ਹਰਬਲ ਆ ਉਹ ਤੁਸੀਂ ਘਰ ਕੁੱਟ ਕੇ ਬਣਾ ਕੇ ਉਹਨੂੰ ਖਾ ਲੋ ਅੱਛਾ ਇਹ ਚੀਜ਼ਾਂ ਨਾਲ ਫਿਰ ਕੜਾਹ ਵੀ ਪੂਰਾ ਹੁੰਦਾ ਕੜਾਹ ਵੀ ਆਏਗਾ ਜੇਰੀ ਵੀ ਹੋਏਗੀ ਹੂੰ 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 ਔਰ ਲੜਕੀਆਂ ਨੇ ਇਹ ਲੜਕੀਆਂ ਵੀ ਖਾ ਸਕਦੀਆਂ ਕਿਉਂਕਿ ਉਹਨਾਂ ਦੇ ਹਾਰਮੋਨਸ ਵੀ ਬਣਨਗੇ ਹੂੰ ਕਿਉਂਕਿ ਇਹ ਹਾਰਮੋਨ ਵੀ ਬਣਦੇ ਨੇ ਤੇ ਸਾਰਾ ਕੁਝ ਠੀਕ ਹੋਵੇਗਾ ਇੱਕ ਚਲੋ ਫਿਰ ਉਹਨਾਂ ਦੇ ਇਹ ਆ ਵੀ ਹੁਣ ਇਹ ਚੀਜ਼ਾਂ ਤਾਂ ਆਉਂਦੀ ਆ ਜੀ ਉਹਦਾ ਮਿਰਦਾ ਕਾਇਮ ਆ ਪਹਿਲੋਂ ਹੀ ਦੇਖਣਾ ਵੀ ਇਹਨੂੰ ਕਬਜਤ ਨਹੀਂ ਹੂੰ ਲਿਵਰ ਕੰਮ ਕਰਦਾ ਹੈ ਨੀਂਦ ਆਉਂਦੀ ਆ ਬਾਥਰੂਮ ਹਰ ਚੀਜ਼ ਉਹਨੂੰ ਪੁੱਛਣੀ ਹੈ ਵੀ ਤੈਨੂੰ ਆਰਥ ਜਿਹਾ ਠੀਕ ਆ ਉਹਨਾਂ ਨਾਲ ਇਹ ਉਹਨਾਂ ਨੂੰ ਠੀਕ ਕਰਕੇ ਜੀ ਉਹਦੇ ਅੰਦਰ ਗਰਮੀ ਹੈ ਉਹਨੂੰ ਗਰਮੀ ਨੂੰ ਕੱਢ ਕੇ ਬਾਤਪੇਤ ਕਾਫ ਤਿੰਨ ਜ਼ੋਰ ਨੇ ਛੇ ਰਾਸ ਨੇ ਹੁਣ ਵੇਖਣਾ ਵੀ ਇਹਦੇ ਵਿੱਚ ਕੋਈ ਬੰਦੇ ਦੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੁਪਾਵੇ ਪੀ ਜੋ ਸਾਡੇ ਬ੍ਰਹਿਮੰਡ ਵਿੱਚੋਂ ਸਾਡੇ ਸੀ ਚਾਂਦੀ ਲੋਹਾ ਹਰ ਚੀ ਸਾਡੇ ਸੀ ਦੇ ਵਿੱਚ ਆ ਹੁਣ ਇਹ ਵੇਖਣਾ ਵੀ ਇਹ ਬੰਦੇ ਦੇ ਅੰਦਰ ਘਾਟ ਕਿਹੜੀ ਆ ਇਹਦੀ ਨਮਜਵਾਤ ਤੇ ਤਕਾਫ ਹੋ ਜੇ ਨਬਜ ਵੇਖਣੀ ਆ ਵੀ ਇਹਦੇ ਵਿੱਚ ਘਾਟ ਕਿਹੜੀ ਕਿਹੜੀ ਚੀ ਦੀ ਘਾਟ ਆ ਉਸ ਘਾਟ ਨੂੰ ਪੂਰਿਆ ਕਰਨਾ ਜੀ ਜਿਹੜੀ ਵਧ ਗਈ ਕੋਈ ਚੀਜ਼ ਉਹਨੂੰ ਥੱਲੇ ਲੈ ਕੇ ਆਉਣਾ ਜੀ 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 ਵੈਦਿਕ ਇਹ ਆ ਵੀ ਉਹਨੂੰ ਥੱਲੇ ਕਰਨਾ ਬੈਲੈਂਸ ਹੋਵੇ ਹਰ ਜੀ ਜੋ ਬੈਲੈਂਸ ਹੋਰ ਵਿਗੜ ਗਿਆ ਤਾਂ ਫਿਰ ਗੱਲ ਜਿਹੜੀ ਆ ਉਸ ਏਜੰਡ ਦੀ ਜਿਵੇਂ ਤਿੰਨ ਤਾਰਾਂ ਬੱਤੀਆਂ ਚੱਲਦੀਆਂ ਜੇ ਫੇਸ ਦੋ ਫੇਸ ਜੇ ਇਕੱਠੇ ਹੋ ਜਾਣਾ ਤੇ ਸਾਰਾ ਕੁਝ ਉੱਡ ਜਾਂਦਾ ਸਾਡੇ ਜੇ ਬਾਤ ਪੇਤ ਇਕੱਠਾ ਹੋ ਗਿਆ ਤਾਂ ਵੀ ਕੰਮ ਗਿਆ ਜੇ ਕਾਫ ਬਾਤ ਇਕੱਠਾ ਹੋ ਗਿਆ ਤਾਂ ਵੀ ਕੰਮ ਇਹ ਤਿੰਨ ਜ਼ੋਰ ਨੇ ਕੇਵਲ ਤਿੰਨੇ ਜ਼ੋਰ ਵੱਖੋ ਵੱਖੇ ਵਿਗੜ ਜਾਂਦੇ ਆ ਜੀ 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 ਵਾਧਪਿਤ ਕਾਫੀ ਵਗਲੇ ਨੇ ਫਿਰ ਅੱਗੇ ਲਾਮ ਤਾਂ ਬਕਰੀਆਂ ਉਹਨਾਂ ਨੂੰ ਵੇਖ ਕੇ ਉਹਨਾਂ ਦਾ ਫਿਰ ਉਸ ਤਰ੍ਹਾਂ ਟ੍ਰੀਟਮੈਂਟ ਕਰਨਾ ਪੈਂਦਾ ਹੈ ਵੀ ਇਹ ਐਸ ਜਿਹਾ ਨਾ ਬਿਲਕੁਲ ਸਹੀ ਹੋਣਗੇ ਜੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਵੀ ਜਿਵੇਂ ਆਯੁਰਵੇਦ ਦੀਆਂ ਵੀ ਦਵਾਈਆਂ ਨੇ ਸੈਕਸ ਨਾਲ ਸੰਬੰਧ ਬਿਲਕੁਲ ਬੜੀਆਂ ਉਹਨਾਂ ਲਈ ਉਹਨਾਂ ਦਾ ਅਸਰ ਵਧੀਆ ਲੈਣ ਲਈ ਤੁਹਾਡਾ ਲੀਵਰ ਪੇਟ ਵਗੈਰਾ ਸਾਰਾ ਕੁਝ ਸਹੀ ਹੋਣਾ ਚਾਹੀਦਾ ਫਿਰ ਉਹ ਜਿਆਦਾ ਅਸਰ ਕਰੇ ਹਾਂ ਜਿਆਦਾ ਹੁਣ ਜਿਵੇਂ ਚਲੋ ਮੈਂ ਇੱਕ ਇੱਥੇ ਤੁਸੀਂ ਗੱਲ ਮੇਰੇ ਕੋਲ ਕੀਤੀ ਆ ਮੈਂ ਇੱਕ ਗੱਲ ਦਾ ਮੈਂ ਆਪਣੇ ਸਾਰੇ ਪਿੰਡਪੜਾਵਾਂ ਨੂੰ ਮੇਰੀ ਗੱਲ ਨੂੰਏ ਉਹ ਬੱਲੇ ਮੰਨ ਗੱਲ ਨੂੰ ਪੱਲੇ ਬਣਾ ਜਿਵੇਂ ਕੋਹਣ ਬਵਾਸੀਰ ਤੇ ਖੂਨ ਆਉਂਦਾ ਲੋਕਾਂ ਨੂੰ ਨਹੀਂ ਰੁਕਦਾ ਡਾਕਟਰ ਕੋ ਬਹੁਤ ਦਵਾਈਆਂ ਖਾਂਦੇ ਆ ਹੋਸਾ ਮੇਰੇ ਡਾਕਟਰ ਭਾਈ ਕਿ ਨਰਾਜ ਹੋ ਜਾਣਗੇ ਕਿ ਉਹ ਸਿਰਫ 1.5 ਗ੍ਰਾਮ ਫੁੱਲ ਫਰਕੜੀ ਕੇਲੇ ਨੂੰ ਚੀਰ ਕੇ ਉਹਦੇ ਵਿੱਚ ਪਾ ਕੇ ਤੇ ਉਹ ਰਾਜ਼ ਨੂੰ ਬਾਹਰ ਰੱਖ ਲੈਣ ਦਿਨ ਉੱਠ ਕੇ ਕੇਲਾ ਖਾ ਲੈਣ 4 ਦਿਨਾਂ ਅੰਦਰ 4 ਕੇਲੇ ਖਾ ਲੈਣ 14 ਦਿਨਾਂ ਦਾ ਖੂਨ ਖਤਮ ਬੰਦ ਹੋ ਜਾ ਅੱਛਾ ਜਿੰਨਾ ਜਿਨਾ ਨਾ ਬੰਦ ਹੋਵੇ ਉਹ ਮੇਰਾ ਮੇਰਾ ਮੋਬਾਈਲ ਨੰਬਰ ਲੈ ਲੈਣਾ ਮੈਨੂੰ ਫੋਨ ਤੇ ਗੱਲ ਕਰ ਲੈਣਾ ਹੂੰ 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 फेर ਮੈਂ ਨਾਲ ਗੱਲ ਕਰ ਲੈਣਾ ਜੀ ਅਗਰ ਜੇ ਉਹਨਾਂ ਦੇ ਮੋਕ ਪਿੱਠ ਵਿੱਚ ਮੋਕੇ ਨੇ ਜਾਂ ਹੋਰ ਨੇ ਉਹ ਮੇਰੇ ਨਾਲ ਸਪਰਕ ਕਰ ਲੈਣ ਹੂੰ ਮਤਲਬ ਹੈ ਬੇਸਿਕ ਸਲਾਹ ਫਰੀਦਾਂ ਜਿੱਥੇ ਮਰਜ਼ੀ ਬੈਠਾ ਮੈਨੂੰ ਪੁੱਛ ਲੈ ਉਹਨੂੰ ਉੱਥੇ ਦੱਸ ਦਾਂਗੇ ਅਗਰ ਜੋ ਫਾਰਮੂਲਾ ਬਣਾ ਸਕਦਾ ਤੂੰ ਮੈਨੂੰ ਪੁੱਛ ਕੇ ਦੱਸੇਂ ਵੀ ਮੈਨੂੰ ਆਗਾ ਲੈ ਮੈਂ ਉਹਨੂੰ ਉੱਥੇ ਦੱਸ ਦੂੰਗਾ ਦੋਈਆਂ ਪੇਜ ਵੀ ਦਿੰਦੇ ਜਦੋਂ ਦੋਈਆਂ ਪੇਜ ਦੇ ਬਾਅਦ ਕੋਈ ਫੋਨ ਹਾਂਜੀ ਅਮਰੀਕਾ ਕਰ ਪਤਾ ਦਵੇ ਆਪਣਾ ਹਾਂਜੀ ਹਾਂਜੀ ਆਪਣਾ ਐਡਰੈਸ ਦੇਵੇ ਅਮਰੀਕਾ ਕੈਨੇਡਾ ਭੇਜ ਦੇ ਬਾਅਦ ਇਤਲੀ ਵਗੈਰਾ ਬਹੁਤ ਵਧੀਆ ਪੁੱਜੀ ਆਪਾ ਜੀ ਆਪਾਂ ਤੁਹਾਨੂੰ ਨੌਜਵਾਨਾਂ ਵਾਸਤੇ ਮੁੰਡਿਆਂ ਵਾਸਤੇ ਦਾ ਸੈਕਸ ਦੀ ਗੱਲ ਕਰ ਲਈ ਲੜਕੀਆਂ ਨੂੰ ਵੀ ਬੜੀਆਂ ਦਿੱਕਤਾਂ ਨੇ ਸੈਕਸ ਨਾਲ ਸੰਬੰਧ ਜਵੇਂ ਮਹਾਵਾਰੀ ਹੁੰਦੀ ਆ ਉਹਦੇ ਵਿੱਚ ਕਈਆਂ ਦੇ ਮਹਾਵਾਰੀ ਦਾ ਇੰਬੈਲੈਂਸ ਹੋ ਜਾਂਦੀ ਆ ਨਾ ਖੂਨ ਕਈਆਂ ਦੇ ਜ਼ਿਆਦਾ ਆਉਂਦਾ ਕਈਆਂ ਨੂੰ ਪੀਨ ਜਿਹੜੀ ਦਰਦ ਦਾ ਬਹੁਤ ਜ਼ਿਆਦਾ ਅਸਹਿ ਦਰਦ ਵੀ ਹੁੰਦਾ ਆ ਤਾਂ ਇਹ ਚੀਜ਼ਾਂ ਕਿਵੇਂ ਘੱਟ ਹੋ ਸਕਦੀ ਨੇ ਜਾਂ ਇਹ ਕੁਦਰਤ ਵੱਲੋਂ ਹੀ ਹੋਈ ਜਾਣਾ ਕੋਈ ਗੱਲ ਨਹੀਂ ਇਹ ਲਈ ਕੋਈ ਦਵਾਈ ਨਹੀਂ ਹੁੰਦੀ ਇਹ ਸਾਡੀ ਬਾਪੂ ਜੀ ਦੀ ਗੱਲ ਹੈ ਜੀ ਜਿਹਨੀਆਂ ਲੜਕੀਆਂ ਜਦੋਂ ਇਹਨਾਂ ਨੂੰ ਪੀਰੀਅਡ ਹੁੰਦਾ ਹੈ ਜੀ ਜਿਹੜੀਆਂ ਲਟਕੀਆਂ ਉਹਨਾਂ ਠੰਡੇ ਪਾਣੇ ਨਾਲ ਨਹਾਉਣਗੀਆਂ ਹੂੰ ਉਹਨਾਂ ਨੂੰ ਪਸਰੀ ਵੀ ਪਿੱਤੇ ਜ ਬਣੇਗੀ ਤੇ ਉਹਨਾਂ ਨੂੰ ਦਰਦ ਵੀ ਹੋਊਗਾ ਤੇ ਉਹਨਾਂ ਕੋਲਡ ਵੀ ਆਊਗਾ ਨਾਲ ਜਦੋਂ ਮੈਂਸ ਆਊ ਕਿਉਂ ਕਿ ਠੰਡੇ ਪਾਣੀ ਨਾਲ ਨਹਾਉਣ ਨਾਲ ਜਿਹੜਾ ਖੂਨ ਹੈ ਅੰਦਰ ਜੰਮ ਜਾਂਦਾ ਤੇ ਕੋਲਡ ਬਣ ਕੇ ਦੇ ਦਰਦ ਉਹਨਾਂ ਨੂੰ ਜਦੋਂ ਕੋਲਡ ਬਣ ਗਏ ਉਹਨਾਂ ਦਾ ਦਰਦ ਨਹੀਂ ਹੁੰਦੀ ਹੂੰ ਸਾਡੀਆਂ ਪਿੱਛੇ ਪ੍ਰਾਣੀਆਂ ਮਾਈਆਂ ਜਿਹੜੀਆਂ ਅਸੀਂ ਜਦੋਂ ਡੇਟ ਆਉਂਦੀ ਹੈ ਲੜਕੀ ਨੂੰ ਉਹਦੇ 4 ਦਿਨ ਚੌਂਕੀ ਨਹੀਂ ਚੜ੍ਹਨਦੀਆਂ ਪੁੱਤ ਦੇ ਅੰਦਰ ਲੰਮੇ ਪੇਰੋ ਹੂੰ ਤੂੰ ਕੰਮ ਨਹੀਂ ਕਰਨਾ ਹਾਂ ਅੱਜ ਕਿਸੇ ਤੀਨ ਕੋਈ ਮਾਂ ਸਾਥ ਸਾਕੇ ਤੋਂ ਆਂਦੀ ਕੀ ਗੱਲ ਮੈਂ ਬੁਰੀ ਲੱਗਦੀ ਆ ਉਹਨੂੰ ਗੱਲ ਦਾ ਨਹੀਂ ਬਿਜਲੀ ਦਾ ਪਤਾ ਹਾਂ ਉਹ ਚਾਰ ਚਾਰ ਦਿਨ ਇਹ ਪੀੜ ਦੀ ਗੱਲ ਆ ਜੀ ਹੁਣ ਉਹ ਜਿਹੜੀਆਂ ਲੜਕੀਆਂ ਨੇ ਜਦੋਂ ਉਹ ਤੱਤਾ ਪਾਣੀ ਪੀਣ ਹਾਂ ਜਦੋਂ ਪੀੜੋ ਵੇ ਤੱਤਾ ਪਾਣੀ ਪੀਣ ਕੋਸੇ ਪਾਣੀ ਨਾਉਣ ਕੋਸੇ ਪਾਣੀ ਆਸਪੈਟ ਤੋਂ ਹੁਣ ਉਹਨਾਂ ਨੂੰ ਇਹ ਮੁਸੀਬਤ ਜਿਹੜੀ ਆ ਅੱਧੀ ਖਤਮ ਹੋ ਜਾਗੀ ਫੇਰ ਜਿਨ੍ਹਾਂ ਨੂੰ ਮੈਨਸ ਬਿਲਕੁਲ ਘਟ ਆਉਂਦਾ ਜੀ ਇੱਕ ਦਿਨ ਹੀ ਆਉਂਦਾ ਉਹਨਾਂ ਲੜਕੀਆਂ ਨੂੰ ਗਾਜਰ ਦਾ ਵੀ ਮੂਲੀ ਦਾ ਵੀ ਜੀ ਸੌਂਫ ਜੁਆਣ ਗੋੜ ਇਹ ਚੀਜ਼ਾਂ ਨੂੰ ਉਬਾਲ ਕੇ 10-10 ਗ੍ਰਾਮ ਉਹ ਪਾ ਲੈ ਗੁੜ 50 ਗ੍ਰਾਮ ਪਾ ਕੇ ਉਹਦਾ ਕਾੜਾ ਬਣਾ ਕੇ ਉਹ ਲੜਕੀ ਸਵੇਰੇ ਪੀ ਲਵੇ ਜੀ ਤਾਂ ਉਹਨੂੰ ਮੈਨਸ ਖੁੱਲ ਗਿਆ ਜਾਊਗਾ ਜੀ ਦਰਦ ਵੀ ਰੁਕ ਜਾਏਗੀ ਮੈਨਸ ਵੀ ਖੁੱਲ ਗਿਆ ਆਊਗਾ ਅਗਰ ਜੇ ਫੇਰ ਵੀ ਜਿਆਦੀ ਪੀੜ ਹੁੰਦੀ ਆ ਫਿਰ ਆਪਣੇ ਜਿਹੜੀਆਂ ਨਾੜਾਂ ਪੇਜਾਂ ਦੇ ਉਹਦੇ ਤੇਲ ਲਾ ਕੇ ਮਨ ਦੇ ਕੋਲ ਤੇਲ ਲਾ ਕੇ ਦੇ ਤਕਲੀਫ ਪਾਣਾ ਬੜ ਕਰਕੇ ਬੋਤਲ ਵਿੱਚ ਤੋਂ ਆਪਣੇ ਪੇਟੂ ਦੇ ਫੇਰੇ ਠੀਕ ਆ ਤਾਂ ਉਹ ਬਿਲਕੁਲ ਠੀਕ ਹੋ ਜਾਗਾ ਅਗਰ ਜੇ ਉਹਨਾਂ ਨੂੰ ਫੇਰ ਵੀ ਕੋਈ ਮਹਿਸੂਸ ਹੁੰਦਾ ਹੈ ਤਾਂ ਉਹਦੇ ਵਿੱਚ ਬਹੁ ਦਵਾਈਆਂ ਦਸਮੂਲਾ ਇਸਟਾ ਉਹ ਲੈ ਕੇ ਪੀ ਸਕਦੀਆਂ ਫਿਰ ਸ਼ੋਕਰ ਇਸਟਾ ਉਹ ਪੀ ਸਕਦੀਆਂ ਹਾਂਜੀ ਹੋਰ ਕੋਈ ਗਰਮ ਚੀਜ਼ ਜਿਹੜੀ ਆ ਉਹ ਲੈ ਸਕਦੀਆਂ ਕੱਲੀ ਜੋਇਣ ਵਾਲੀ ਉਬਾਲ ਕੇ ਵੀ ਲੈ ਸਕਦੀਆਂ ਮੂਲੀ ਦੇ ਵੀ ਗਾਜਰ ਦੇ ਵੀ ਉਹ ਵੀ ਕੱਲੇ ਕੱਲੇ ਬਾਲ ਕੇ ਵੀ ਪੀ ਸਕਦੀਓ ਤਾਂ ਕਿ ਉਹਨੂੰ ਇਹ ਜਿਹੜਾ ਪੀੜਿਆ ਉਹ ਦਾ ਸਹੀ ਹੋ ਜਾਏ ਇਹ ਤੁਹਾਡੀ ਜਾਣਕਾਰੀ ਇੱਕ ਬੜੀ ਵਧੀਆ ਜਾਣਕਾਰੀ ਹੈ ਵੀ ਗਰਮ ਪਾਣੀ ਨਾਲ ਹੀ ਉਹ ਪੀਰੀਅਡਸ ਦੇ ਦੌਰਾਨ ਜਿਹੜਾ ਨਹਾ ਹੱਥ ਪੈਰ ਧੋਣੇ ਸਾਰਾ ਹੋਣਾ ਹੈ ਨਾ ਉਹਨਾਂ ਨੂੰ ਇਹ ਚਾਹੀਦਾ ਵੀ ਜੇ ਉਹ ਠੰਡੇ ਦਾ ਨਹਾਉਂਦੇ ਤਾਂ ਪੱਥਰੀ ਬਣਨ ਦੇ ਚਾਂਸ ਬਿਲਕੁਲ ਹੁੰਦੇ ਆ ਔਰ ਤਾਂ ਪੱਥਰੀ ਜਾਰੀ ਬਣਦੀ ਹੈ ਅੱਛਾ ਵਰਦਾ ਨਾਲੋਂ ਔਰਤਾਂ ਦੇ ਪੱਥਰੀ ਜ਼ਿਆਦਾ ਬਣਦੀ ਹੈ ਕਿਉਂ ਬਣਦੀ ਹੈ ਕਿਉਂ ਉਹ ਬਿਲਬਰਜੀ ਕਰਦੀਆਂ ਨੇ ਵੀ ਉਹ ਇੱਕ ਜਿਹੜਾ ਖੂਨ ਅੰਦਰ ਜੰਮ ਵੀ ਕਹੀਦੀ ਜਾਂਦਾ ਨਾ ਨਹੀਂ ਨਿਕਲਦਾ ਉਹ ਫਿਰ ਕਲਾਉਡ ਹੁੰਦੇ ਨੇ ਉਹ ਕਲਾਉਡ ਬਣ ਜਾਂਦੇ ਖੂਨ ਦੇ ਜੀ ਤੇ ਉਹ ਫਿਰ ਇਦਾਂ ਜਿਨ੍ਹਾਂ ਨੂੰ ਮੰਗਤੀਆਂ ਬਣਾ ਲਕੋਰੀਆ ਹੁੰਦਾ ਹੈ ਜੀ ਉਹਨਾਂ ਨੂੰ ਇਹ ਚਾਹੀਦਾ ਵੀ ਉਹ ਆਪਣੇ 6 ਦਿਨ ਸਵੇਰੇ ਰਖਣਾ ਖਾਣਾ ਜਿਹੜਾ ਉਹ ਵੇਲੇ ਸਿਰ ਖਾਣ ਤੇ ਗਰਮ ਚੀਜ਼ਾਂ ਨਾ ਖਾਣ ਜੀ 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 ਤੇ ਉਹਨਾਂ ਨੂੰ ਚਾਹੀਦਾ ਵੀ ਉਹ ਆਪਣਾ ਜਿਵੇਂ ਮੂੰਗੀ ਆ ਜੀ ਉਹ ਮੂੰਗੀ ਲੈ ਕੇ ਸਾਬਤ ਉਹਨੂੰ ਉਹਦਾ ਆਟਾ ਬਣਾ ਲੈਣਾ ਆਟਾ ਬਣਾ ਕੇ ਦੇ ਉਹਨੂੰ ਉਹਨਾਂ ਘੋਪਾ ਕੇ ਭੁੰਨ ਕੇ ਰੱਖ ਲੋ ਉਹਦੇ ਵਿੱਚ ਖੰਡ ਲੋੜ ਮੁਤਾਬਕ ਪਾਓ ਉਹ 50 ਗ੍ਰਾਮ ਸਵੇਰੇ 50 ਗ੍ਰਾਮ ਰਾਤ ਨੂੰ ਉਹ ਪਨੀਰੀ ਲੜਕੀ ਖਾਵੇ ਤਾਂ ਕਿ ਉਹਦਾ ਲਕੋਰੀਆ ਜਿਹੜਾ ਉਹ ਠੀਕ ਹੋਣਾ ਚਾਹੀਦਾ ਜਾਂ ਜੀ ਉਹ ਵੇਰ ਦੁਕਾਨਾਂ ਸੁਪਾਰੀ ਪਾਗ ਬਣੀ ਵੀ ਮਿਲਦੀ ਆ ਜਿਸ ਕੰਪਣੀ ਚੰਗੀ ਵਧੀਆ ਕੰਪਣੀ ਲੈ ਕੇ ਉਹ ਦੁੱਧ ਨਾਲ ਸਵੇਰੇ ਸ਼ਾਮ ਖਾਵੇ ਤੇ ਉਹਦਾ ਉਹ ਹੜਜੂ ਚਾਰ ਕਿਸਮ ਦਾ ਹੁੰਦਾ ਲਗੋਰੀਆ ਚਿੱਟਾ ਲਗੋਰੀਆ ਜੀ ਪੀਲਾ ਕਾਲਾ ਤੇ ਰੜਿਆ ਮਿਲਿਆ ਹੁੰਦਾ ਚਾਰ ਕਿਸ ਹੁੰਦਾ ਹੈ ਤੇ ਕਈ ਵਾਰਾਂ ਬੱਚੇ ਨੂੰ ਧੀ ਭੈਣ ਨੂੰ ਜਦੋਂ ਇਹ ਲਗੋਰੀਆ ਬੈਂਦਾ ਉਹਨਾਂ ਨੂੰ ਬਹੁਤ ਬੜੀ ਆਉਂਦੀ ਹੈ ਉਹਨਾਂ ਨੂੰ ਹੀਟ ਨਾਲ ਗਰਮੀ ਹੁੰਦੀ ਆ ਜੀ 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 ਉਹਨਾਂ ਨੂੰ ਫਿਰ ਨਾਲ ਹੋਰ ਦੁਆਏ ਦੇਂਦੀਆਂ ਦਿੰਦੀਆਂ ਕਿਉਂਕਿ ਫਿਰ ਥੋੜਾ ਪ੍ਰੋਸੀਜਰ ਲੰਮਾ ਹੁੰਦਾ ਹੈ। ਉਹ ਫਿਰ ਜੇ ਸਾਡੇ ਕੋਲ ਨਹੀਂ ਜਾਂਦਾ ਫਿਰ ਉਹ ਚੈੱਕ ਕਰਕੇ ਫਿਰ ਉਹ ਦਵਾਈਆਂ ਦੇ ਦਿੰਦੇ ਆ। ਫਿਰ ਮਰੀਜ਼ ਠੀਕ ਹੋ ਜਾਂਦਾ। ਉਹਦੀ ਨਬਜ਼ ਵੇਖ ਕੇ ਹਾਂ ਉਹਦਾ ਨਬਜ਼ ਵੇਖ ਕੇ ਦਵਾਈ ਦਿੰਦੇ ਆ। ਜੀ ਦੇ ਹਿਸਾਬ ਨਾਲ। ਬਾਕੀ ਜੇ ਕੋਈ ਗਰੀਬ ਬੰਦਾ ਸਾਡੇ ਕੋਲ ਆ ਕੇ ਕਹੇ ਦਵੇ ਵੀ ਮੈਂ ਬਿਲਕੁਲ ਮੇਰੇ ਕੋ ਕੁਝ ਨਹੀਂ ਆ। ਤਾਂ ਕੋਸ਼ਿਸ਼ ਕਰੀ ਦੀ ਉਹਨੂੰ ਦਵਾਈ ਫ੍ਰੀ ਦੇ ਦੀ। ਫ੍ਰੀ ਦੇ ਦੀ। ਫ੍ਰੀ ਦੇ ਦੀ। ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਇਹ ਗੱਲ ਆਖੀ ਵੀ ਦੀਵਾ ਜਗਾ ਕੇ ਜਾਇਓ, ਬਿਜਾ ਕੇ ਨਾ ਆ ਕੇ ਨਾ ਜਾਇਓ। ਦੀਵਾ ਬਜਾਇਆ ਹੋਣਾ ਜਗਦਾ ਰਹਿਣ ਤੇ ਕਈ ਸਾਡੇ ਵੱਡੇ ਵੈਦ ਸੀ ਜਿਹੜੇ ਉਹਨਾਂ ਬਹੁਤ ਕੁਝ ਲਕਾ ਕੇ ਮਰ ਗਏ ਤਾਂ ਕਰਕੇ ਸਾਡਾ ਕੰਮ ਕਿਸੇ ਦਾ ਕੰਮ ਨਹੀਂ ਆਇਆ ਤੇ ਜਿਹੜੇ ਹੁਣ ਵੈਦ ਨੇ ਵੈਦ ਭਰਾ ਮੈਂ ਸਾਰਿਆਂ ਭਰਾਵਾਂ ਵੈਦਾਂ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਐਸਾ ਕੰਮ ਕੋਈ ਨਾ ਕਰੋ ਜਿਹੜਾ ਕਿ ਤੁਸੀਂ ਅੰਗਰੇਜ਼ੀ ਗੋਲੀਆਂ ਪੀ ਗਏ ਤੇ ਉਹ ਪਾ ਗਏ ਵਿੱਚ ਉੱਤੇ ਆਖੋ ਵੀ ਅਸੀਂ ਵੈਦ ਆ ਉਹ ਵੈਦ ਨਹੀਂ ਮੇਰੇ ਭਰਾਓ ਉਹ ਅਸੀਂ ਠਾਗਿਆ ਮੈਂ ਵੀ ਵਿੱਚ ਆ ਮੈਂ ਵੀ ਠਾਗਿਆ ਕਿਉਂਕਿ ਜਦੋਂ ਅਸੀਂ ਗਲਤ ਕੰਮ ਕਰਦੇ ਹਾਂ ਨਹੀਂ ਠਾਗਿਆ ਜੇ ਤੁਸੀਂ ਹਰਬਲ ਵਰਤਦੇ ਹੋ ਤੇ ਤੁਹਾਡੀ ਦਿਨ ਦੁਨੀ ਤਰੱਕੀ ਹੋਵੇਗੀ ਕੋਈ ਤੁਹਾਨੂੰ ਨਹੀਂ ਆ ਸਕਦਾ ਗਲਤ ਕੰਮ ਨਾ ਕਰੋ ਨਸ਼ਾ ਨਾ ਵਿੱਚ ਕੋਈ ਤੁਸੀਂ ਐਲੋਪੈਥੀਆਂ ਗੱਲਾਂ ਨਾ ਕਰੋ ਜੋ ਤੁਸੀਂ ਵਾਅਦਾ ਦੇ ਆਪਣਾ ਉਹ ਕੰਮ ਕਰੋ ਜਿਹੜਾ ਤੁਸੀਂ ਜਾਣਦੇ ਜਿਹੜਾ ਜਾਣਦੇ ਜਿਹੜਾ ਜਾਣਦੇ ਨਹੀਂ ਉਹ ਨਾ ਕਰੋ ਜੀ 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 ਬਾਕੀ ਸਾਡੇ ਕੋਲ ਜਿੰਨੇ ਕੋ ਸਾਲ ਨਹੀਂ ਕਿਤੇ ਵੀ ਬੈਠਾ ਉਹ ਪੁੱਛ ਸਰਦਾ ਅਈ ਉੱਥੇ ਫੋਨ ਤੇ ਉਹਨੂੰ ਦੱਸ ਦਾਂਗੇ ਲੈ ਵੀ ਬੇੜਾ ਤੂੰ ਦੂਰ ਅੰਕਲਕੱਟੇ ਬੈਠਾ ਬੰਬੇ ਬੈਠਾ ਨਹੀਂ ਆ ਸਕਦਾ ਆ ਲੈ ਗੱਲ ਦਵਾਈ ਮੰਗਾਉਣੀ ਮੰਗਾ ਲਾ ਨਹੀਂ ਮੋਣੀ ਤੂੰ ਬਣ ਜੀ ਤੂੰ ਬਣਾ ਲਾ ਭਾਵੇਂ ਸਿਰ ਪੀੜ ਦਾ ਕਿਹਦਾ ਮਾਈਗਰੇਨ ਉਹਨੂੰ ਇਹ ਤਿੰਨ ਪੁੜੀਆਂ ਦੇਣੇ ਆ ਸਿਰਫ ਮਹੀਨੇ 10 ਦਾ ਦੇ ਮਾਰੇ ਇੱਕ ਪੁੜੀ ਖੋਣੇ ਆ ਮਾਈਗਰੇਨ ਦੀਆਂ ਤਿੰਨ ਪੁੜੀਆਂ ਤਿੰਨ ਪੁੜੀਆਂ ਸਿਰਫ ਦੇਣੇ ਆ ਠੀਕ ਹੈ ਜੀ ਤਾਂ ਉਹ 10 10 ਦਿਨ ਬਾਅਦ ਇੱਕ ਪੂੜੀ ਖਾਣੀ ਤੇ ਮਹੀਨੇ ਕਿ ਲਗਭਗ ਬਸ ਇੱਕ ਮਹੀਨਾ ਬਾਕੀ ਜੇ ਹੋਰ ਨਾਲ ਕੋਈ ਨੁਕਸ ਹੁੰਦੇ ਨੇ ਉਹ ਦੀ ਉਹ ਨਾਲ ਉਹ ਜਿਵੇਂ ਨਿਡਰੋ ਕਰ ਆ ਜਾਂ ਨੂੰ ਕਬਜ ਪੇਟ ਚ ਜਾਂ ਉਹਦੇ ਪੇਟ ਚ ਗੈਸ ਬਣਦੀ ਆ ਜਾਂ ਉਹਦੇ ਉਹਦੇ ਹੋਰ ਆ ਤੇ ਜਿਵੇਂ ਬਵਾਸੀ ਦੇ ਮੋਕੇ ਆ ਅਸੀਂ ਉਹਨਾਂ ਨੂੰ ਲਾਉਣ ਵਾਸਤੇ ਦਵਾਈ ਦਿੰਨੇ ਆ ਉਹ ਮੋਕੇ ਵੀ ਗਾਇਬ ਹੋ ਜਾਂਦੇ ਆ ਮੋਕਾ ਸੀ ਤੇ ਕਿੰਨਾ ਵੱਡਾ ਮੋਕਾ ਹੋਵੇ ਉਹ 21 ਦਿਨ ਹੀ ਠੀਕ ਕਰ ਦਿੰਦੇ ਆ ਅੱਛਾ 21 ਦਵਾਈ ਲਾਉਣੀ ਆ ਬਸ ਉਹ ਦਿਨ ਉਦੋਂ ਕਿ ਉਹ ਅਰ ਸੌਜੂ ਸਾਰਾ ਸੁੱਕ ਜੋ ਉਸੇ ਅੱਛਾ ਜੀ ਕੋਈ ਦਰਦ ਨਹੀਂ ਹੋਊਗੀ ਸਿਰਨਾ ਮਾਤਰ ਦਰਦ ਹੋਏਗੀ ਤੇ ਉਹ ਸੌਜੂਗਾ ਉਹ ਬਸ ਇਹ ਨਹੀਂ ਵੀ ਐਵੇਂ ਗੱਲਾਂ ਸਾਡੇ ਇਹ ਸਾਡੀਆਂ ਤਜਰਬੇ ਦੇ ਵਿੱਚ ਗੱਲਾਂ ਨੇ ਜਿਹੜੀਆਂ ਸਾਡੇ ਕੋਲ ਪ੍ਰੂਫ ਨੇ ਸਾਰਿਆਂ ਦੇ ਕਿੱਥੇ ਕਿੱਥੇ ਆ ਮੌਕੇ ਮੈਂ ਦੇਖ ਰਹੇ ਹਾਂ ਕਿੰਨੇ ਮੌਕੇ ਵੱਡੇ ਵੱਡੇ ਆ ਹਾਂ ਜੀ ਹਾਂ ਜੀ ਹਾਂ ਜੇ ਟੈਟੂ ਆ ਉਹ ਡਾਕਟਰ ਬਹੁਤ ਪੈਸੇ ਲੈਂਦੇ ਨੇ ਅਸੀਂ ਉਹ ਦਵਾਈ ਲਾਦੇ ਨੇ ਟੈਟੂ ਨਿਕਲ ਜਾਗਾ اچھا ਉਹ ਬਹੁਤ ਚੰਦੇ ਕਰਾਇਆ ਜਿੱਦਾਂ ਜਾ ਕੇ ਵੇਖ ਲੋ ਉਹਨਾਂ ਦੇ ਆ ਸਾਡੇ ਗੁੱਦਿਆਂ ਦੇ ਹੋਰ ਕਈ ਬਣੇ ਭਰਾਏ ਜਿੱਦਾਂ ਉਹ ਟੈਟੂ ਦੇ ਜਿੱਦਾਂ ਟੈਟੂ ਬਣਿਆ ਹੋ ਉਹਦੇ ਉੱਤੇ ਉੱਤੇ ਇਹ ਦਵਾਈ ਲਾ ਦੇਣੀ ਆ ਉਹਨੇ ਟੈਟੂ ਨੂੰ ਖਾ ਜਾਣਾ ਹੈ ਉਹ ਟੈਟੂ ਨੂੰ ਖਾ ਜਾਣਾ ਜੋ ਉਹਨਾਂ ਜਗਮਗਾਉਂ ਉਹ ਤੋਂ ਸਾਰਾ ਮਾਸ ਉਹਨੇ ਖਾ ਜਾਣਾ ਅੱਠਾਂ ਦਸਾਂ ਦਿਨਾਂ ਬਾਅਦ ਚੋਂ ਜਗਮ ਠੀਕ ਹੋ ਜਾਣਾ ਹਾਂ ਹਾਂ ਬਸ ਮਿਹਰਬਾਨੀ ਬਾਪੂ ਜੀ ਤੁਹਾਡੀ ਗੱਲਾਂ ਛੋਟੀਆਂ ਛੋਟੀਆਂ ਨੇ ਧਿਆਨ ਦੇਣ ਵਾਲੀਆਂ ਨੇ ਵੀ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਬਾਪੂ ਜੀ ਨੇ ਦੱਸਿਆ ਕਿ ਮਿੱਠਾ ਸੋਡਾ ਦੇ ਆٹے ਦੇ ਵਿੱਚ ਗੁੰਨ ਕੇ ਆਪਣੇ ਪਰਿਵਾਰ ਦੇ ਜਿੰਨੇ ਕੁ ਜੀ ਨੇ ਉਸ ਹੱਬ ਨਾਲ ਉਹਦੀ ਮਿਆਦ ਵਧਾਈ ਘਟਾਈ ਜਾ ਸਕਦੀ ਆ ਉਹ ਵੀ ਰੈਗੂਲਰ ਜਾਂ ਹਫ਼ਤੇ ਵਿੱਚ ਦੋ ਤੀਆਂ ਤਿੰਨ ਦਿਨ ਬੰਦਾ ਕੋ ਖਾਂਦਾ ਰਵੇ ਤੇ ਜੇ ਪੇਟ ਸਾਫ਼ ਹੋਏਗਾ ਤਾਂ ਬਿਮਾਰੀਆਂ ਬਹੁਤ 80 90% ਤਾਂ ਵੈਸੇ ਹੀ ਬਿਮਾਰੀਆਂ ਨਹੀਂ ਲੱਗਦੀਆਂ ਤੇ ਔਰਤਾਂ ਵਾਸਤੇ ਵੀ ਜਿਵੇਂ ਬਾਪੂ ਜੀ ਨੇ ਦੱਸਿਆ ਕਿ ਪੀਰੀਅਡਸ ਦੇ ਦੌਰਾਨ ਗਰਮ ਪਾਣੀ ਨਾਲ ਨਹਾਓ ਹੱਥ ਵੀ ਮਤਲਬ ਗਰਮ ਪਾਣੀ ਕੋਸਾ ਪਾਣੀ ਹੀ ਵਰਤਿਆ ਜਾਵੇ ਠੰਡੇ ਪਾਣੀ ਤੋਂ ਪਰਹੇਜ਼ ਕੀਤਾ ਜਾਵੇ ਬਿਲਕੁਲ ਤੇ ਆਰਾਮ ਵੀ ਕੀਤਾ ਜਾਵੇ ਹਨਾ ਬਕ ਖਾਂਸੀ ਵਗੈਰਾ ਆਉਂਦੀ ਉਹ ਜਿਹੜੇ ਬੱਚੇ ਉਹਨਾਂ ਨੂੰ ਖਾਂਸੀ ਆਉਂਦੀ ਆ ਉਹਨਾਂ ਨੂੰ ਥੋੜਾ ਸ਼ਹਿਦ ਲਵੋ ਜੀ ਸ਼ਹਿਦ ਦੇ 2-3 ਬੂੰਦਾ ਅਦਰਕ ਦਾ ਪਾਣੀ ਮਿਲਾ ਲਓ ਸ਼ਹਿਰ ਚ ਤੇ ਥੋੜਾ ਜਿਹਾ ਫੁੱਲ ਸੁਆਗਾ ਮਿਲਾ ਲਓ ਉਹ ਬੱਚੇ ਨੂੰ ਚੜਾਓ ਛੋਟਾ ਬੱਚਾ ਤਾਂ ਵੀ ਵੱਡਾ ਬੱਚਾ ਉਹਨੂੰ ਜਿਤਨਾ ਜਿੰਨਾ ਬੱਚਾ ਉਹ ਸਾਰਾ ਉਹਨੂੰ ਚੜਾ ਦਿਓ ਉਹਦੀ ਖਾਂਗ ਖਾਂਗ ਉਹਦੀ ਖਤਮ ਹੋ ਜਾਏਗੀ ਜੀ 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 ਉਹ ਉਹਨੂੰ ਕੋਸਰ ਪਾਣੀ ਨਾਲ ਨਵਾਓ ਬੱਚੇ ਨੂੰ ਮਤਲਬ ਉਹਨੂੰ ਠੰਡ ਤੋਂ ਬਚਾਓ ਤੇ ਇਹ ਚੀਜ਼ਾਂ ਨੂੰ ਦੋ ਤਿੰਨ ਟਾਈਮ ਦੇ ਦਿਓ ਤਾਂ ਬੱਚੇ ਦੀ ਖੰਗ ਵੀ ਹਟ ਜਾਊਗੀ ਜੀ ਅਗਰ ਜੇ ਕੋਈ ਵੱਡਾ ਸਿਆਣਾ ਬੰਦਾ ਹੈ ਜਿਹਦੀ ਬਹੁਤ ਪੁਰਾਣੀ ਖੰਗ ਨਹੀਂ ਹਟ ਰਹੀ ਤਾਂ ਉਹ ਮੱਕੀ ਦੇ ਟੁਕੇ ਲੈ ਲਵੇ ਉਹਨਾਂ ਨੂੰ ਸਾੜ ਕੇ ਉਹ ਸੁਆਹ ਬਣਾ ਲੈ ਅੱਛਾ ਤੇ ਇਹ ਹੁਣ ਗੱਲ ਜਿਹੜੀ ਮੈਂ ਕਰ ਰਿਹਾ ਵਾਂ ਇਹ ਲੋਕਾਂ ਨੇ ਮੈਨੂੰ ਬਹੁਤ ਕੋ ਆਖਣਾ ਵੀ ਕਿ ਉਹ ਜਿ ਬਕਵਾਸ ਬਾਜੀ ਮਰੀ ਇਹਨੇ ਤੁਸੀਂ ਉਹਨੂੰ ਲੈ ਕੇ ਦੋ ਉਹਦੇ ਵਿੱਚ ਆਪਣਾ ਥੋੜਾ ਜਿਹਾ ਆਪਣਾ ਪਿਪਲਮੈਂਟ ਪਾਉਣੀ ਆ ਠੀਕ ਹੈ ਜੀ ਉਹ ਨੇ ਉਹਨੂੰ ਪੁੜੀਆਂ ਬਣਾ ਕੇ ਗ੍ਰਾਮ-ਗ੍ਰਾਮ ਜਿਹਾ ਉਹਨੂੰ ਸ਼ਹਿਰਾਂ ਨੂੰ ਦੇ ਦਿਓ ਖੰਗੜ ਜੜ ਜੂਗੇ ਅੱਛਾ ਪੁਰਾਣੀ ਤੋਂ ਪੁਰਾਣੀ ਖੰਗੜ ਪੁਰਾਣੀ ਤੋਂ ਪੁਰਾਣੀ ਖੰਗੜ ਜੂਗੇ ਹਲਦੀ ਜਿਹੜੀ ਆ ਉਹ ਸ਼ਹਿਦ ਚ ਮਿਲਾ ਕੇ ਨੂੰ ਦਿਓ ਥੋੜਾ ਥੋੜਾ ਆਪਣੇ ਪਿਓ ਉਹਦੀ ਖੰਗੜ ਠੇਗੀ ਹੂੰ ਹੂੰ ਅਨਿਕੀਆਂ ਨਿਕੀਆਂ ਗੱਲਾਂ ਦੇ ਬੜਾ ਸਸਤਾ ਇਲਾਜ ਦੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਬਿਲਕੁਲ ਸ਼ਹਿਦ ਤਾਂ ਵੈਸੇ ਬੰਦੇ ਨੂੰ ਰੂਟੀਨ ਚ ਖਾਣਾ ਚਾਹੀਦਾ ਹਣਾ ਬਿਲਕੁਲ ਜਿਹੜਾ ਸ਼ਹਿਦ ਜਿਹੜਾ ਇਹ ਇੱਕ ਮੱਖੀ ਜਿਹੜੀ ਆ ਇਹ ਰੱਬ ਨੇ ਉਹਨੂੰ ਕਲਾ ਦਿੱਤੀ ਬੰਦਾ ਸ਼ਹਿਦ ਨਹੀਂ ਬਣਾਉਂਦਾ ਉਹ ਅੱਕ ਦੇ ਫੁੱਲ ਤੋਂ ਅਮਰੂਦ ਦੇ ਫੁੱਲ ਤੋਂ ਹਰ ਫੁੱਲ ਤੋਂ ਉਹਨੇ ਸ਼ਹਿਦ ਲੜਦਾ ਜੀ 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 ਉਹ ਸ਼ਹਿਦ ਛੜਾ ਜਿਹੜਾ ਉਹ ਬਹੁਤ ਹੀ ਚੰਗੀ ਜਿਹੀ ਅੰਮ੍ਰਿਤਿਆ ਗੱਲ ਤੇ ਛੋਟੇ ਛੋਟੇ ਨੁਸਖੇ ਬਾਪੂ ਜੀ ਨੇ ਦੱਸੇ ਨੌਜਵਾਨ ਵੀ ਜਿਹੜਾ ਅੱਜ ਸੈਕਸ ਦਾ ਮਾਇਆ ਜਾਲ ਬਹੁਤ ਲੋਕਾਂ ਨੇ ਖਲਾਤਾਂ ਚਾਰਸ਼ਵੇਰੀ ਵਹਿਮ ਪਾ ਰਤੇ ਗਈ ਉਹਨਾਂ ਤੋਂ ਬਚਿਆ ਜਾ ਸਕਦਾ ਜਿਵੇਂ ਸੈਕਸ ਨਾਲ ਸੰਬੰਧਿਤ ਦਵਾਈਆਂ ਨੇ ਨੌਜਵਾਨਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਉਹਦਾ ਇੱਕ ਨੁਕਸਾਨ ਹੀ ਇਹਨਾਂ ਦੇ ਮੁਤਾਬਕ ਵੈਦ ਜਿਹਦੇ ਮੁਤਾਬਕ ਹੁੰਦਾ ਹੈ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਇਹ ਛੋਟੇ-ਛੋਟੇ ਗੱਲਾਂ ਘਰੇਲੂ ਨੁਸਖੇ ਘਰੇਲੂ ਚੀਜ਼ਾਂ ਬਦਾਮ ਦੁੱਧ ਸ਼ੁਵਾਰੇ ਸ਼ਹਿਦ ਹਲਦੀ ਇਹ ਹੀ ਸਿੰਪਲ ਚੀਜ਼ਾਂ ਬੰਦਾ ਖਾ ਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦਾ ਜੀ ਪੇਟ ਸਾਫ਼ ਰੱਖੇਗਾ ਤਾਂ ਬਿਮਾਰੀਆਂ ਆਉਣੀਆਂ ਹੀ ਨਹੀਂ ਸੋ ਬਾਪੂ ਜੀ ਦੇ ਨਾਲ ਜੇ ਕਿਸੇ ਨੇ ਕੋਈ ਰਾਪਤਾ ਕਰਨਾ ਹੋਵੇ ਤਾਂ ਸਾਨੂੰ ਕਮੈਂਟਸ ਦੇ ਵਿੱਚ ਦੱਸ ਦਿਓ ਫੋਨ ਕਰਕੇ ਵੀ ਦੱਸ ਦਿਓ ਇਹਨਾਂ ਦੇ ਨਾਲ ਤੁਹਾਡਾ ਨੰਬਰ ਵੀ ਅਸੀਂ ਸ਼ੇਅਰ ਕਰ ਦਾਂਗੇ ਬਾਪੂ ਜੀ ਜੀ ਸਿੱਧਾ ਕੋਈ ਕਿਸੇ ਨੂੰ ਸਮੱਸਿਆ ਤਾਂ ਸਿੱਧੀ ਆਪਣਾ ਗੱਲਬਾਤ ਕਰਕੇ ਤੇ ਦਵਾਈਆਂ ਮੰਗਾ ਸਕਦੇ ਹੋ ਜਾਂ ਘਰੇ ਵੀ ਬਣਾ ਸਕਦੇ ਹੋ ਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ